सतनाम वाहिगुरु साहिब जीओ गुरु गरीब निवास जेता जीओ पिंड सब तेरा तू अंतरजामी पुरख भगवान दासन दास कहे जन नानक जेहा तू कराहें तेहा हों करी बखियान दासन दास कहे जन नानक जेहा तू कराहें तेहा हों करी बखियान। धन धन श्री गुरु ग्रंथ साहिब सच्चे पातशाह जी दे पावन पवित्र चरण कमलों में सुवायमान सतसंगी प्यार वालियो देव असीसा अदब सत्कार नाल गुरु फतेह जी सांझ करो। आखो जी वाहिगुरु जी का खालसा वाहिगुरु जी की फतेह। ਜਿਹੜੇ ਸਿੱਖੀ ਦੇ ਮਹੱਲ ਵਿੱਚ ਬੈਠ ਕੇ ਅੱਜ ਆਪਾਂ ਸੁੱਖ ਮਾਣ ਰਹੇ ਹਾਂ, ਇਸ ਦੀਆਂ ਨੀਹਾਂ ਵਿੱਚ ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਸੀਸ ਲਾਏ ਨੇ, ਅੱਜ ਉਹਨਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ। ਜਿਹੜੇ ਇਸ ਦਰਖਤ ਦੀ ਸ਼ਾਨ ਨੂੰ ਆਪਾਂ ਮਾਣ ਰਹੇ ਹਾਂ, ਉਹਦੀਆਂ ਜੜ੍ਹਾਂ ਵਿੱਚ ਜਿਹੜਾ ਕੋਈ ਬੀਜ ਗਲਿਆ ਹੈ, ਜਿਹੜੀਆਂ ਜੜ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਉਹਨਾਂ ਦਰਖਤ ਦੀਆਂ ਜੜ੍ਹਾਂ ਨੇ ਆਪਣਾ ਆਪ ਲੁਕੋਇਆ ਹੋਇਆ ਉਸ ਮਿੱਟੀ ਦੇ ਵਿੱਚ, ਅੱਜ ਆਪਾਂ ਉਸ ਵਿਰਸੇ ਤੋਂ ਟੁੱਟਦੇ ਜਾ ਰਹੇ ਹਾਂ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਕੁਝ ਗੁਰੂ ਕੇ ਸਿੱਖਾਂ ਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਭਾਵਨਾ ਲੈ ਕੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਇਹ ਕੱਲ੍ਹ ਰੋਜ਼ ਤੋਂ ਸ਼ੁਰੂ ਕੀਤਾ ਹੈ। ਕੱਲ੍ਹ ਭਾਈ ਮਰਦਾਨਾ ਜੀ ਦੇ ਜੀਵਨ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ। ਅੱਜ ਇੱਕ ਬਹੁਤ ਵੱਡਾ ਪਰਿਵਾਰ ਜਿਹਦਾ ਬਹੁਤ ਵੱਡਾ ਸਹਿਯੋਗ ਹੈ ਸਿੱਖੀ ਦੇ ਵਿੱਚ, ਉਹਦੀ ਮੈਂ ਗੱਲ ਸ਼ੁਰੂ ਕਰਨ ਲੱਗਾ। ਬਾਕੀ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਉਸ ਪਰਿਵਾਰ ਦੇ ਨੇੜੇ ਤੇੜੇ ਦੀਆਂ ਆਪਾਂ ਵਿਚਾਰਾਂ ਕਰ ਸਕੀਏ। ਇਸ ਪਰਿਵਾਰ ਦੀ ਆਰੰਭਤਾ ਹੈ, ਇਹਨਾਂ ਦੇ ਸਾਡੇ ਸਾਰਿਆਂ ਤੋਂ ਪੁਰਾਣੇ ਬਜ਼ੁਰਗ ਦਾ ਨਾਂ ਭਾਈ ਰਾਓ ਹੈ। ਭਾਈ ਰਾਓ ਦੇ ਘਰ ਪੈਦਾ ਹੋਇਆ ਭਾਈ ਮੂਲਾ, ਭਾਈ ਮੂਲੇ ਦੇ ਘਰ ਪੈਦਾ ਹੋਇਆ ਭਾਈ ਬੱਲੂ, ਭਾਈ ਬੱਲੂ ਦਾ ਪੁੱਤਰ ਹੈ ਭਾਈ ਮਾਈ ਦਾਸ, ਭਾਈ ਮਾਈ ਦਾਸ ਦਾ ਪੁੱਤਰ ਹੈ ਭਾਈ ਮਨੀ ਸਿੰਘ, ਜਿਹਦੀ ਅੱਜ ਆਪਾਂ ਗੱਲ ਕਰਨੀ ਹੈ। ਇਸ ਭਾਈ ਮਨੀ ਸਿੰਘ ਦੇ ਬਿਲਕੁਲ ਖਾਸ ਨਜ਼ਦੀਕੀ ਪਰਿਵਾਰ ਵਿੱਚੋਂ ਯਾਦ ਰੱਖਣ ਯੋਗ ਬਾਤ ਹੈ, 53 ਸ਼ਹੀਦ ਨੇ ਇਹਦੇ ਆਪਣੇ ਪਰਿਵਾਰ ਵਿੱਚੋਂ, ਜਿਹਦੇ ਵਿੱਚੋਂ ਇਹਦੇ 10 ਪੁੱਤਰ ਨੇ। ਭਾਈ ਮਨੀ ਸਿੰਘ ਦੇ 10 ਪੁੱਤਰ ਨੇ, 10 ਦੇ 10 ਹੀ ਸ਼ਹੀਦ ਨੇ। ਇਸ ਭਾਈ ਮਨੀ ਸਿੰਘ ਦੇ 12 ਭਰਾ ਨੇ, 12 ਭਰਾਵਾਂ ਦੇ ਵਿੱਚੋਂ ਇੱਕ ਨੂੰ ਛੱਡ ਕੇ ਇੱਕ ਨਿਕਲੀ ਉਮਰੇ ਚੜ੍ਹਾਈ ਕਰ ਗਿਆ, 11 ਦੇ 11 ਸ਼ਹੀਦ ਨੇ ਸਿੱਖ ਧਰਮ ਦੇ ਲਈ। ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸ਼ੁਰੂ ਕਰਾਂ, ਇਹਨਾਂ ਦਾ ਜਨਮ 10 ਮਾਰਚ 1644 ਦੇ ਵਿੱਚ, ਇਤਿਹਾਸ ਨੇ ਆਖਿਆ, ਅਲੀਪੁਰ ਮੁਜ਼ੱਫਰਗੜ੍ਹ ਪਾਕਿਸਤਾਨ ਦੇ ਵਿੱਚ, ਜਿਹੜੀ ਅੱਜ ਧਰਤੀ ਪਾਕਿਸਤਾਨ ਦੇ ਵਿੱਚ ਹੈ, ਉੱਥੇ ਹੋਇਆ। ਮਾਪਿਆਂ ਬੜੀ ਖੁਸ਼ੀ ਮਨਾਈ, ਘਰ ਦੇ ਵਿੱਚ ਇਹ ਪੁੱਤਰ ਦੀ ਪ੍ਰਕਾਸ਼ ਹੋਇਆ ਤੇ ਮਾਪਿਆਂ ਨੂੰ ਬੜਾ ਆਨੰਦ ਹੈ। ਪਹਿਲਾਂ ਵੀ ਪੁੱਤਰ ਦੀਆਂ ਦਾਤਾਂ ਮਾਲਕ ਨੇ ਬਖਸ਼ੀਆਂ ਨੇ, ਪਰ ਹਰ ਵਾਰੀ ਇੱਕੋ ਹੀ ਮਨ ਵਿੱਚ ਭਾਵਨਾ ਹੈ, ਸਤਿਗੁਰੂ ਇਸ ਬੱਚੇ ਦੀ ਜ਼ਿੰਦਗੀ ਤੂੰ ਆਪਣੇ ਚਰਨਾਂ ਦੇ ਲੇਖੇ ਲਾ ਲਈ। ਆਖਿਰਕਾਰ 1657 ਦੇ ਵਿੱਚ ਪਿਤਾ ਦੀ ਮਾਈ ਦਾਸ ਭਾਈ ਮਨੀ ਨੂੰ, ਉਹਨਾਂ ਦਾ ਨਾਂ ਪਹਿਲਾ ਜਿਹੜਾ ਹੈ, ਮੈਂ ਬੇਨਤੀ ਕਰਦੇ ਹਾਂ, ਪਹਿਲਾ ਨਾਂ ਮਨੀ ਰਾਮ ਹੈ ਤੇ ਮਾਪਿਆਂ ਨੇ ਪਿਆਰ ਨਾਲ ਮਨੀਆਂ ਕਹਿੰਦੇ ਨੇ, ਮਨੀਆਂ ਵੀ ਇਤਿਹਾਸ ਵਿੱਚ ਆਇਆ, ਤੇ ਅਮਰ ਛਕਣ ਤੋਂ ਬਾਅਦ ਇਹਨਾਂ ਦਾ ਨਾਂ ਭਾਈ ਮਨੀ ਸਿੰਘ ਪਿਆ, ਗੱਲ ਵੱਖਰੀ ਹੈ। ਭਾਈ ਮਨੀ ਸਿੰਘ ਹੋਰੀ ਨੇ ਜਦੋਂ 1657 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਹਨਾਂ ਨੂੰ ਪਿਤਾ ਮਾਈ ਦਾਸ ਜੀ ਆ ਕੇ ਛੱਡ ਗਏ, ਗੁਰੂ ਦੀ ਗੋਦ ਵਿੱਚ ਰਹਿੰਦੀਆਂ
लंबा समा इन्हां ने गुजारिया, पर फिर इस समय के दरमियान ही 1659 दे विच दुबारे अपने नगर फिर चले गए। उदो इन्हां दी शादी हुई बीबी सीतो जी नाल, जिन्हां दा नां मगरों अमर छकण तो बाद विच बीबी बसंत कौर पिया। यह बीबी इन्होंने अपने वालों सीता जी सीतो जी या बीबी बसंत कौर इन्हों शादी हुई। यह भी गल ध्यान देने योग बात, इतने मैं एक बेनती है जरूर करांगा, जिथे भी आप बैठे अच्छ कथा सुन रहे हैं ना, यह मैं अर्ज जरूर करांगा भी अज की लड़ी नाल जरूर जुड़े रहो, क्योंकि परिवार एडा लम्मा चौड़ा है, ये आप कितों भी कोई गल मिस कर गए ना तो मुड़ के जुड़ नहीं होना, मुड़ के लड़ी की समझ नहीं लगनी। यह मैं अज खास बेनती थानू करांगा, क्योंकि ये ना योजे आने ने जिड़ी फिर लड़ी सू समझ नहीं लग पाएगी, मैं नेड़े रखा गलों। अज इस परिवार की इस भाई मनी सिंह की शादी हुई है बीबी सीतो बीबी बसंत कौर जी के नाल। यह बीबी बसंत कौर लखी शाह बनजारा जिहड़ा गुरु तेग बहादुर साहब जी दे धड़ नूं चुक के रकाब गंज साहब विखे संस्कार करदा है। जदों गुरु तेग बहादुर साहब की शहादत हुंदी है 1675 दे विच, 11 नवंबर 1675 विच जदों गुरु तेग बहादुर साहब की शहादत हुंदी है, इहो लखी शाह बनजारा गुरु साहब दे पावन पवित्र शरीर नूं ते ओह उत्थे संस्कार करदे ने। इहदे घर भाई मनी सिंह दी इहदी बेटी नाल भाई मनी सिंह दी शादी। दूजे शब्दों में मैं सौखा कर दिया, लखी शाह बनजारा भाई मनी सिंह का सौरा पिता है। दूजे शब्दों में फिर सौखा कर दिया, भाई लखी शाह बनजारा भाई मनी सिंह का सौरा पिता है, भाई मनी सिंह लखी शाह बनजारे का जवाई है। सौखा कर दिया, इन्ने गहरे परिवार इन्हों का संबंध है। आखिरकार ये कुछ समा अपने उत्थे घर विच रहे, 1559 दे विच इन्हां दी शादी होई है ते कुछ समा उत्थे रहे। उस तो बाद विच जी ना लग्गिया, फिर सतगुरु दी हजूरी विच आ गए ने। 1661 दे विच फिर गुरु चरणा विच आ गए ने ते इत्थे रहिंदे आ। सतगुरु गुरु हरकृष्ण साहब महाराज जी, गुरु हर राय साहब जी, गुरु तेग बहादुर साहब जी इन्हां दे वेले इस सेवा करदे रहे, गुरु गोद विच रहे। गुरु तेग बहादुर साहब जी दे वेले भाई मनी सिंह जी नूं मैं बेनती कर दिया, पहला नाम मनी राम है हाले तक, पर आप कहांगे भाई मनी सिंह जी। उस वेले मनी राम जी नूं भाई मनी सिंह जी होरां नूं गुरु घर दा दीवान बना दिता गया। गुरु घर दे दो दीवान सन, एक नंद चंद ते दूजे नंबर उत्ते दीवान है भाई मनी सिंह जी। ये दो दीवान ने गुरु घर दे, दीवान शब्द दूजे शब्दों विच कह लईए गुरु साहिब दे नजदीकी वजीर, ये दो ने। ते इस समय गुरु तेग बहादुर साहिब जी दे इन्हां नूं दीवान बना दिता गया। आखिर कलगीधर पिता जी दे वेले गुरु गोबिंद सिंह जी दे वेले इन्हां नूं गुरु तेग बहादुर साहिब सच्चे पातशाह जी महाराज तो बाद विच गुरु गोबिंद सिंह जी दी पावन हजूरी विच सेवा करन दा मौका मिलिया। जद तों गुरु गोबिंद सिंह जी आनंदपुर साहिब आ गए, आनंदपुर साहिब आ गए उस वेलिआं दे विच सतगुरु गुरु तेग बहादुर साहिब महाराज जी तो मगरों गुरु गोबिंद सिंह जी महाराज नाल हुण भाई मनी सिंह होरी रहे ने। ते इन्हां वक्तां विच हुण ख्याल करिओ जे एक अचानक अजिहा भाणा वरतदा है 1687 दे विच, मैं बेनती करांगा बहुत लड़ी वाल ख्याल रखियो जी। अज 1687 दे विच बाबा राम राय की मौत हुंदी है। थोड़ा जिहा पिछोकड़ बोलदे हां, बाबा राम राय गुरु हर राय साहिब दे पुत्तर ने। उन्होंने गुरबाणी की एक पंक्ति बदल दिती सी, मिट्टी मुसलमान की दी थां ते मिट्टी बेईमान की कर दिती सी। उन्हां नूं गुरु घर तों कढ दिता गया सी ते ए आके इत्थे देहरादून, देहरादून की धरती दे उत्ते आके इत्थे आके रहण लग पए ते इत्थे जिहड़े मसंदा दे कोल आके रहण लगे, उन्हां मसंदा ने ही इहनूं रजाई विच घुट के मूंह इहदी जिंदगी दा अंत कर दिता सी। ਇਹ ਰਾਮ ਰਾਏ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਮਿਲ ਚੁੱਕਾ ਹੋਇਆ। ਮੈਂ ਬਹੁਤੀ ਗੱਲ ਉਲਟਲੇ ਪਾਸੇ ਲੰਮੀ ਨਹੀਂ ਕਰਨੀ ਤਾਂ ਕਿ ਆਪਾਂ ਖਿਲਾਰੇ ਵਿੱਚ ਨਾ ਪਈਏ। ਇਹਦੀ ਮੌਤ ਹੁੰਦੀ ਹੈ, ਇਹ ਚੜ੍ਹਾਈ ਕਰਦਾ 1687 ਦੇ ਵਿੱਚ। ਤੇ ਉਸ ਵੇਲੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਂਦੇ ਨੇ
ਤੇ ਉਸ ਵੇਲੇ ਜਾ ਕੇ ਇਹਦੀ ਮੌਤ ਦੇ ਉੱਤੇ ਅਫਸੋਸ ਕਰਦੇ ਨੇ, ਸਾਰੀ ਉਹ ਕਿਰਿਆ ਕਰਮ ਆਪਣੇ ਵੇਲੇ ਕਰਦੇ ਨੇ, ਉਸ ਵੇਲੇ ਕੋਈ ਨਾ ਬੋਲਿਆ। ਪਰ ਅਗਲੇ ਸਾਲ ਇਹਦੀ ਬਰਸੀ ਹੈ, ਜਦੋਂ ਬਰਸੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਦੇ ਨਾਲ 1687 ਦੇ ਵਿੱਚ, 1686 ਚ ਇਹਦੀ ਮੌਤ ਹੁੰਦੀ ਹੈ, 1687 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦ ਚੰਦ ਨੂੰ ਤੇ ਭਾਈ ਮਨੀ ਸਿੰਘ ਨੂੰ ਅਤੇ ਕੁਝ ਗੁਰੂ ਕੇ ਸਿੱਖਾਂ ਨੂੰ ਇਹਦੇ ਨਾਲ ਭੇਜਦੇ ਨੇ ਇਹਦੀ ਬਰਸੀ ਦੇ ਉੱਤੇ। ਇਹ ਜਦੋਂ ਬਰਸੀ ਦੇ ਉੱਤੇ ਆਉਂਦੇ ਨੇ, ਉਸ ਵੇਲੇ ਰੱਬ ਦਾ ਸਬੱਬ, ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਿਨਾਂ ਵਿੱਚ ਨਾਹਨ ਪਾਉਂਟਾ ਸਾਹਿਬ ਆਏ ਹੋਏ ਨੇ, ਚੇਤੇ ਰੱਖਣਾ। ਇੱਥੋਂ ਬਿਲਕੁਲ ਲਾਗੇ ਹੈ, ਇੱਥੇ ਆ ਕੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਸਿੱਖਾਂ ਨੂੰ ਭੇਜਿਆ, ਬਹੁਤ ਧਿਆਨ ਦਿਓ, ਉਦੋਂ ਪਾਠ ਦਾ ਭੋਗ ਪਿਆ। ਰਾਮ ਰਾਏ ਦੇ ਬਰਸੀ ਦੇ ਉੱਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੋ ਉਸ ਵੇਲੇ ਦੀ ਪਾਵਨ ਬੀੜ ਹੈ, ਉਹਦਾ ਭੋਗ ਪਾਇਆ ਗਿਆ। ਜਦੋਂ ਉਹਦਾ ਭੋਗ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਖਸ਼ ਰਾਏ, ਇਹ ਮਸੰਦ ਹੈ, ਇਹਨਾਂ ਦੀ ਰਾਏ ਨਾਲ ਇਹ ਬਾਬਾ ਰਾਮ ਰਾਏ ਨੂੰ ਮਾਰਿਆ ਗਿਆ, ਇਹ ਮਸੰਦ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠਾ। ਤੇ ਜਦੋਂ ਅਰਦਾਸ ਹੋਣ ਲੱਗੀ, ਉਦੋਂ ਗੁਰੂ ਘਰ ਵੱਲੋਂ ਹੁਕਮ ਸੀ ਵੀ ਬਾਬਾ ਰਾਮ ਰਾਏ ਬਖਸ਼ੇ ਗਏ ਨੇ ਤੇ ਉਹਦੀ ਅਰਦਾਸ ਤੁਸਾਂ ਕਰਨੀ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਨੰਦ ਚੰਦ ਜੀ ਅਰਦਾਸ ਕਰਨ ਲੱਗੇ, ਜਿਹੜਾ ਗੁਰੂ ਗੋਦ ਵਿੱਚ ਬੈਠਾ ਸੀ ਗੁਰਬਖਸ਼ ਰਾਏ, ਉਹਨੇ ਭਾਈ ਨੰਦ ਚੰਦ ਅਤੇ ਗੁਰੂ ਘਰ ਦੇ ਬਾਰੇ ਵਿੱਚ ਗੰਦੇ ਬਚਨ ਬੋਲੇ। ਜਦੋਂ ਗੰਦੇ ਬਚਨ ਬੋਲੇ, ਉਦੋਂ ਕੀ ਭਾਈ ਮਨੀ ਸਿੰਘ ਹੋਰਾਂ ਨੇ ਬਾਂਹ ਪਕੜ ਕੇ ਉਹਨਾਂ ਨੂੰ ਲਾਮੇ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਸਿੱਖ ਦੀ ਡਿਊਟੀ ਲਾ ਦਿੱਤੀ, ਕਿਉਂਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਤੁਸੀਂ ਇਹੋ ਜਿਹੇ ਬਚਨ ਨਹੀਂ ਕਰ ਸਕਦੇ। ਤੇ ਉਹਨਾਂ ਨੂੰ ਜਦੋਂ ਲਾਮੇ ਕੀਤਾ ਗਿਆ ਤਾਂ ਉਦੋਂ ਇਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਬੜੀ ਔਖੇ ਭਾਰੇ ਵੀ ਹੋਏ ਗੁਰਬਖਸ਼ ਰਾਏ ਦੀ, ਉਦੋਂ ਆਪਣੇ ਵੱਲੋਂ ਉਹਨੇ ਆਪਣੀ ਕਾਫੀ ਤੋਹੀਨ ਸਮਝੀ। ਖੈਰ ਇਹਨੇ ਗੰਢ ਜੋੜ ਕਰਕੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਤੇ ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੁੰਦਾ, ਯਾਦ ਰੱਖਿਓ ਜੀ, ਉਹ ਪਹਿਲੇ ਯੁੱਧ ਵਿੱਚ ਜਿਹੜੀ ਕਾਰਨ, ਇੱਕ ਉਹਨਾਂ ਵਿੱਚੋਂ ਇਹ ਵੀ ਕਾਰਨ ਹੈ, ਇਹ ਜਿਹੜਾ ਗੁਰਬਖਸ਼ ਰਾਏ ਹੈ ਵਕਤੀ ਹਾਕਮ ਕੋਲ ਜਾ ਕੇ ਬਹੁਤ ਪਿੱਟਦਾ ਹੈ, ਤੇ ਉਸ ਵੇਲੇ ਜਿਹੜਾ ਇਹ ਜੰਗ ਹੁੰਦਾ ਫਤਿਹ ਸ਼ਾਹ ਕੋਲ ਜਾ ਕੇ ਬਹੁਤ ਪਿੱਟਦਾ ਇਹ, ਤੇ ਇਹ ਜਿਹੜਾ ਭੰਗਾਣੀ ਦਾ ਪਹਿਲਾ ਯੁੱਧ ਹੁੰਦਾ ਉਹਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਬਹੁਤ ਖੂਬ ਜ਼ਿੰਦਗੀ ਦੇ ਅੰਦਰ ਜੂਝ ਕੇ ਲੜੇ। ਇਹ ਪਹਿਲੇ ਜੰਗ ਵਿੱਚ ਭਾਣਾ ਵਰਤਿਆ, ਭਾਈ ਮਨੀ ਸਿੰਘ ਹੋਰਾਂ ਨੇ ਉੱਥੇ ਆਪਣੀ ਕਿਰਪਾਨ ਦੇ ਜੌਹਰ ਦਿਖਾਏ। ਉੱਥੋਂ ਹਜ਼ੂਰ 2 ਸਾਲ ਰਹਿਣ ਤੋਂ ਬਾਅਦ ਆਖਿਰਕਾਰ ਇਹ ਪਾਵਨ ਅਸਥਾਨ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਾਪਸ ਆ ਗਏ। ਇੱਥੇ ਆ ਕੇ ਹੁਣ ਇੱਕ ਫਿਰ ਖਿਆਲ ਕਰਨ ਯੋਗ ਬਾਤ, ਇੱਥੇ ਆ ਕੇ ਰੱਬ ਦਾ ਸਬੱਬ ਇਹ ਵਰਤਿਆ ਪਰ ਇਹਨਾਂ ਦਿਨਾਂ ਦੇ ਵਿੱਚ ਨਿਰੰਕਾਰ ਨੇ ਇਹੋ ਜਿਹੀ ਕਿਰਪਾ ਕੀਤੀ। ਇੱਥੇ ਥੋੜਾ ਜਿਹਾ ਮੈਨੂੰ ਇਤਿਹਾਸ ਪਿਛੋਕੜ ਫੋਲਣਾ ਪੈਂਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਇੱਥੇ ਜਿਹੜੇ ਰਾਜੇ ਨੇ ਨਾ, ਉਹਨਾਂ ਵਿੱਚੋਂ ਇੱਕ ਭੀਮ ਚੰਦ ਰਾਜਾ ਹੈ, ਇੱਥੇ ਦਾ ਇਹ ਮੁਖੀ ਹੈ। ਇਹਦੇ ਕੋਲੋਂ ਜਦੋਂ ਇਹ ਭੰਗਾਣੀ ਦਾ ਯੁੱਧ ਹੋਇਆ ਉਦੋਂ ਇਹਨੇ ਸਾਰਾ ਕੁਝ ਦੇਖ ਲਿਆ, ਤੇ ਇਹ ਭੀਮ ਚੰਦ ਦੇ ਕਾਰਨ ਹੀ ਹੋਇਆ ਸੀ, ਇਹਦੇ ਵਿੱਚ ਇੱਕ ਕਾਰਨ ਸੀ। ਮੈਂ ਬੇਨਤੀ ਕਰ ਰਿਹਾ ਵੀ ਅੱਜ ਦਾ ਇਤਿਹਾਸ ਬਹੁਤ ਪਕੜ ਵਿੱਚ ਰੱਖਿਓ। ਤੇ ਇੱਥੇ ਹੁਣ ਨਿਧਾਉਣ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਨੰਦਪੁਰ ਸਾਹਿਬ ਦੇ ਬਿਲਕੁਲ ਲਾਗੇ ਹੈ। ਇੱਥੇ ਕਿਰਪਾਲ ਚੰਦ ਕਟੋਚੀਆ ਇੱਕ ਰਾਜਾ ਹੈ, ਇਹਦੇ ਕੋਲ ਰਾਜੇ ਨੇ ਔਰੰਗਜ਼ੇਬ ਨੇ ਆਪਣੇ ਵੱਲੋਂ ਟੈਕਸ ਲੈਣ ਵਾਸਤੇ ਭੇਜ ਦਿੱਤਾ। ਜਦੋਂ ਟੈਕਸ ਲੈਣ ਆਏ, ਇਹਨਾਂ ਸੋਚਿਆ ਮੇਰੇ ਇਕੱਲੇ ਕੋਲੋਂ ਕੰਮ ਨਹੀਂ ਬਣਨਾ, ਇਹ ਭੀਮ ਚੰਦ ਨਾਲ ਗੰਢ ਜੋੜ ਕਰ ਲਈ। ਭੀਮ ਚੰਦ ਨੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਦਦ ਮੰਗ ਲਈ ਵੀ ਸਤਿਗੁਰੂ ਜੀ ਤੁਸੀਂ ਨਿਮਾਣਿਆਂ ਦੇ ਮਾਣੋ, ਨਿਤਾਣਿਆਂ ਦੇ ਤਾਣੋ, ਤੁਸੀਂ ਕਿਰਪਾ ਕਰੋ ਇਸ ਵੇਲੇ ਮੇਰੀ ਮਦਦ ਕਰੋ ਤੇ ਮੇਰੀ ਬਾਂਹ ਪਕੜਨ ਵਾਲਾ ਕੋਈ ਨਹੀਂ ਇਸ ਵੇਲੇ। ਸਤਿਗੁਰੂ ਜੀ ਨੇ ਭੀਮ ਚੰਦ ਦੀ ਮਦਦ ਕਰਨ ਵਾਸਤੇ ਨਿਧਾਉਣ ਦੇ ਜੰਗ ਵਿੱਚ ਉਦੋਂ ਵੀ ਭਾਈ ਮਨੀ ਸਿੰਘ ਹੋਰਾਂ ਨੂੰ ਭੇਜਿਆ ਤੇ ਉਹਨਾਂ ਨੇ ਰੱਜ ਕੇ ਜੰਗ ਲੜ ਕੇ ਜਿੱਤ ਹਾਸਲ ਕਰਕੇ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਫਿਰ ਦੁਬਾਰੇ ਹਾਜ਼ਰ ਹੋਏ। ਦੋ ਜੰਗ ਜਿੱਤੇ ਇਹਨਾਂ ਨੇ ਇਸ ਭਾਈ ਮਨੀ ਸਿੰਘ ਜੀ ਹੋਰਾਂ ਨੇ। ਆਖਿਰਕਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ, ਇਹ ਗੱਲ ਬਹੁਤ ਧਿਆਨ ਦੇਣ ਯੋਗ ਬਾਤ ਹੈ, ਜਦੋਂ 1699 ਨੂੰ ਅੰਮ੍ਰਿਤ ਸੰਚਾਰ ਦੀ ਦਾਤ ਮੰਡੀ ਗਈ, ਅੰਮ੍ਰਿਤ ਸੰਚਾਰ ਹੋਇਆ ਪਹਿਲੀ ਵਾਰੀ, ਯਾਦ ਰੱਖਣ ਯੋਗ ਬਾਤ ਹੈ, ਉਦੋਂ 5 ਪਿਆਰਿਆਂ ਤੋਂ ਮਗਰੋਂ ਜਿਹੜੇ ਜਥੇ ਨੇ ਮੁੜ ਕੇ ਅੰਮ੍ਰਿਤ ਛਕਿਆ, 11 ਬੰਦਿਆਂ ਨੇ, 11 ਗੁਰੂ ਪ੍ਰੇਮੀਆਂ ਨੇ, ਉਹਨਾਂ 11 ਵਿੱਚੋਂ 6 ਭਾਈ ਮਨੀ ਸਿੰਘ ਦੇ ਪੁੱਤਰ ਨੇ ਅਤੇ 7ਵਾਂ ਭਾਈ ਮਨੀ ਸਿੰਘ ਆਪ ਹੈ। ਯਾਦ ਰੱਖਣ ਯੋਗ ਬਾਤ ਹੈ,
ਭਾਈ ਮਨੀ ਸਿੰਘ ਹੋਰਾਂ ਨੇ ਉਦੋਂ ਦੂਜੀ ਵਾਰੀ ਅੰਮ੍ਰਿਤ ਛਕਿਆ ਜਿਹੜਾ ਪੰਜਾਂ ਪਿਆਰਾਂ ਕੋਲੋਂ, ਉਦੋਂ ਪਹਿਲੇ ਜਥੇ ਵਿੱਚ ਭਾਈ ਮਨੀ ਸਿੰਘ ਹੋ ਰਹੀ ਹੈ ਤੇ ਇਹਦੇ 6 ਪੁੱਤਰ ਨੇ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਇਹ ਬਚਿੱਤਰ ਸਿੰਘ ਹੋਈ ਜਿਹਨੇ ਨਾਗਣੀ ਵਰਸ਼ੀ ਮਾਰੀ ਸੀ, ਗੱਲ ਅੱਗੇ ਜਾ ਕੇ ਕਰਾਂਗੇ ਜਦੋਂ ਇਹਦੀ ਵਾਰੀ ਆਏਗੀ। ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਇਹ 6 ਪੁੱਤ ਨੇ। ਵੈਸੇ ਭਾਈ ਮਨੀ ਸਿੰਘ ਹੋਰਾਂ ਦੇ 10 ਪੁੱਤ ਨੇ, ਯਾਦ ਰੱਖਣ ਯੋਗ ਬਾਤ ਹੈ, 10 ਦੇ 10 ਹੀ ਸ਼ਹੀਦ ਨੇ, ਅੱਗੇ ਜਾ ਕੇ ਗੱਲ ਕਰਾਂਗੇ ਆਪਾਂ। ਤੇ ਇਹ 6 ਪੁੱਤਰਾਂ ਨੇ ਅੱਜ ਪਹਿਲੇ ਦਿਨ ਹੀ ਅੰਮ੍ਰਿਤ ਸੰਚਾਰ ਦੇ ਵੇਲੇ ਅੰਮ੍ਰਿਤ ਛਕ ਕੇ ਗੁਰੂ ਦੇ ਚਰਨਾਂ ਵਿੱਚ ਆਪਣੀਆਂ ਜ਼ਿੰਦਗੀਆਂ ਭੇਟ ਕੀਤੀਆਂ। ਇਸ ਤੋਂ ਮਗਰੋਂ ਸਤਿਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਬਾਕੀ ਜੰਗਾਂ ਯੁੱਧਾਂ ਦੇ ਵਿੱਚ ਲੜਦੇ ਰਹੇ ਤੇ ਉਹਨਾਂ ਸਮਿਆਂ ਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਨਾਲ ਰਹੇ, ਪਰ ਕੁਝ ਸਮਾਂ ਇਹਨਾਂ ਸਮਿਆਂ ਦੇ ਦਰਮਿਆਨ, ਹੁਣ ਇੱਥੇ ਇੱਕ ਨੁਕਤਾ ਫਿਰ ਨੋਟ ਕਰਨ ਵਾਲਾ ਹੈ, ਇਹਨਾਂ ਸਮਿਆਂ ਦੇ ਦਰਮਿਆਨ ਜਦੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੇ ਬਾਬਾ ਪਿਰਥੀ ਚੰਦ ਦੀ ਔਲਾਦ, ਬਾਬਾ ਮਿਹਰਬਾਨ, ਬਾਬਾ ਮਿਹਰਬਾਨ ਦਾ ਪੁੱਤਰ ਹੈ ਬਾਬਾ ਹਰਜੀ, ਬਾਬਾ ਹਰਜੀ ਦਾ ਪੁੱਤਰ ਹੈ ਬਾਬਾ ਚਤੁਰਭੁਜ, ਯਾਦ ਰੱਖਣ ਯੋਗ ਬਾਤ ਹੈ। ਇਹਨਾਂ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ। ਜਦੋਂ 6ਵੇਂ ਪਾਤਸ਼ਾਹ ਆਖਰੀ ਜੰਗ ਲੜ ਕੇ ਆਏ ਨੇ, ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਨਹੀਂ ਗਏ, ਉਸ ਤੋਂ ਬਾਅਦ ਵਿੱਚ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਇਹਨਾਂ ਨੇ ਕਰ ਲਿਆ। ਲੰਮਾ ਸਮਾਂ ਕਬਜ਼ਾ ਇਹਨਾਂ ਦਾ ਰਿਹਾ, 1697 ਤੱਕ ਕਬਜ਼ਾ ਇਹਨਾਂ ਦਾ ਰਿਹਾ। 1697 ਦੇ ਵਿੱਚ ਕਲਗੀਧਰ ਪਿਤਾ ਜੀ ਮਹਾਰਾਜ ਨੂੰ ਸੁਨੇਹਾ ਮਿਲਿਆ ਸੀ ਭਈ ਉਹ ਜਿਹੜੇ ਮੀਣੇ ਨੇ ਉਹ ਛੱਡ ਕੇ ਚਲੇ ਗਏ ਨੇ। ਮੈਂ ਇੱਕ ਗੱਲ ਇੱਥੇ ਫਿਰ ਕਹਿ ਦੇਣੀ ਚਾਹੁੰਦਾ, ਸਿੱਖ ਸੁਚੇਤ ਨਹੀਂ ਹੁੰਦਾ, ਸਿੱਖ ਸੁਚੇਤ ਨਹੀਂ ਹੁੰਦਾ। ਇਹ ਪਹਿਲੇ ਦਿਨ ਤੋਂ ਹੀ ਇਵੇਂ ਅਵੇਸਲੇ ਪਣ ਕਾਰਨ ਲੁੱਟਿਆ ਜਾਂਦਾ, ਆਪਣੇ ਮਹਾਨ ਵਿਰਸੇ ਤੋਂ ਇਹ ਖਾਲੀ ਰਹਿ ਜਾਂਦਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕਦੇ ਤੁਸੀਂ ਧਿਆਨ ਦੇ ਕੇ ਦੇਖਿਓ, ਹਰਿਮੰਦਰ ਸਾਹਿਬ ਦੇ ਉੱਤੇ ਵੀ ਲੰਮਾ ਸਮਾਂ ਇਹਨਾਂ ਲੋਕਾਂ ਦਾ ਕਬਜ਼ਾ ਰਿਹਾ ਤੇ ਅੱਜ ਵੀ ਸਿੱਖੀ ਦੇ ਉੱਤੇ ਬਹੁਤੀਆਂ ਥਾਵਾਂ ਦੇ ਉੱਤੇ ਗਲਬਾ ਇਹਨਾਂ ਲੋਕਾਂ ਦਾ, ਜਿਹੜੇ ਅੱਜ ਕਦੇ ਗੁਰੂ ਦੀ ਰੀਸ ਵਿੱਚ ਕਲਗੀਆਂ ਲਾ ਲੈਂਦੇ ਨੇ, ਕਦੇ ਗੁਰੂ ਦੀ ਰੀਸ ਵਿੱਚ ਸੱਚੇ ਸੌਦੇ ਸ਼ੁਰੂ ਕਰ ਦਿੰਦੇ ਨੇ, ਇਹ ਉਹੀਓ ਲੋਕ ਨੇ ਜਿਹੜੇ ਸਿੱਖੀ ਨੂੰ ਰੱਜ ਕੇ ਢਾ ਲਾਏ ਰਹੇ ਨੇ। ਅੱਜ ਸਿੱਖੀ ਦੇ ਪੰਨੇ ਉਹਨਾਂ ਨੇ ਨਾ ਇਤਿਹਾਸ ਛੱਡਿਆ, ਨਾ ਗੁਰੂ ਕੀ ਬਾਣੀ ਛੱਡੀ ਹੈ, ਅੱਜ ਉਹ ਕੱਚੀਆਂ ਧਾਰਨਾ ਅਤੇ ਦੂਜੇ ਪੱਖ ਵਿੱਚ ਮੈਂ ਕਹਿ ਦਿਆਂ ਇਤਿਹਾਸਕ ਪੱਖ ਤੋਂ ਅਸੀਂ ਬਿਲਕੁਲ ਅਣਜਾਣ ਹੋ ਗਏ ਹਾਂ। ਸਿੱਖਾ ਉਹ ਦਿਨ ਦੂਰ ਨਹੀਂ ਜੇ ਤੂੰ ਅੰਦਰੋਂ ਖੋਖਲਾ ਹੋ ਗਿਆ, ਤੇਰਾ ਇਤਿਹਾਸ ਤੇਰੇ ਕੋਲ, ਤੇਰੀ ਗੁਰਬਾਣੀ ਤੇਰੇ ਕੋਲ ਨਾ ਰਹੀ, ਉਹ ਦਿਨ ਦੂਰ ਨਹੀਂ ਜਿਸ ਦਿਨ ਕੁਰਬਾਨੀਆਂ ਦੇਣ ਵਾਲਾ ਸਿੱਖ ਕਦੇ ਗੁਲਾਮੀ ਦੇ ਜੰਗਲਾਂ ਜਗੜਿਆ ਜਾਏਗਾ। ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਮੈਨੂੰ ਚੇਤੇ ਆ ਗਿਆ, ਮੈਂ ਕਹਿ ਕੇ ਆਪਣੀ ਗੱਲ ਵੱਲ ਚੱਲਣਾ ਚਾਹੁੰਦਾ। ਸਾਹਿਬ ਨੇ ਇੱਕ ਸਦੀਵੀ ਸਿਧਾਂਤ ਬਖਸ਼ੇ ਨੇ, ਰੱਬੀ ਬਾਣੀ ਵਿੱਚ ਸਦੀਵੀ ਸਿਧਾਂਤ ਬਖਸ਼ੇ ਨੇ। ਸਦੀਵੀ ਸਿਧਾਂਤ ਇਹ ਹੈ, ਬਲ ਛੁਟਕਿਓ ਬੰਧਨ ਪਰੇ। ਜਦੋਂ ਵੀ ਤੇਰਾ ਬਲ ਛੁਟਕ ਜਾਏਗਾ, ਬੰਧਨ ਪੈ ਜਾਣੇ ਨੇ ਸੱਜਣਾ, ਕਛੂ ਨਾ ਹੋ ਤੋ ਉਪਾਏ। ਇਹ ਸਦੀਵੀ ਸੱਚ ਹੈ। ਜੇ ਦੁਬਾਰੇ ਆਪਣੇ ਬੰਧਨਾਂ ਨੂੰ ਛੁਟਕਾਰਾ ਚਾਹੁੰਦਾ ਤਾਂ ਇੱਕੋ ਇੱਕ ਸਾਧਨ ਹੈ, ਬਲ ਹੋਆ ਬੰਧਨ ਛੁਟੇ। ਜੇ ਦੁਬਾਰੇ ਬਲ ਚਾਹੁੰਦਾ, ਹੁਣ ਤੇਰਾ ਬਲ ਅੱਜ ਥਾਂ ਥਾਂ ਤੇ ਕਮਜ਼ੋਰ ਕੀਤਾ ਜਾ ਰਿਹਾ, ਤੂੰ ਭਾਵੇਂ 100 ਵਾਰੀ ਨਾਰੇ ਲਾਈ ਜਾ ਸੱਜਣਾ, ਕੁਛ ਨਹੀਂ ਜੇ ਬਣਨਾ। ਜੇ ਤੇਰਾ ਅੰਦਰੋਂ ਬਲ ਛੁੱਟ ਗਿਆ, ਤੈਨੂੰ ਬੰਧਨ ਪੈ ਜਾਣੇ ਨੇ, ਭਾਵੇਂ ਗੁਰੂ ਦੀ ਗੱਲ ਕਦੇ ਝੂਠੀ ਨਹੀਂ ਹੋ ਸਕਦੀ। ਜੇ ਤੂੰ ਆਪਣੇ ਆਪ ਨੂੰ ਨਾ ਸੰਭਾਲਿਆ, ਮੈਂ ਬੇਨਤੀ ਤਾਂ ਕਰ ਰਿਹਾ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਅੱਜ ਵਕਤ ਆਇਆ ਸਤਿਗੁਰੂ ਜੀ ਨੂੰ ਸੁਨੇਹਾ ਮਿਲਿਆ ਭਈ ਉਹ ਮੀਣੇ ਲੋਕ ਦਰਬਾਰ ਸਾਹਿਬ ਛੱਡ ਕੇ ਚਲੇ ਗਏ, ਜਿਨ੍ਹਾਂ ਨੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਦਰਬਾਰ ਸਾਹਿਬ ਮੱਥਾ ਨੀਚੀ ਟੇਕਣ ਦਿੱਤਾ, ਹਜ਼ੂਰ ਨੇ ਵਕਤ ਸੰਭਾਲਿਆ, ਉਦੋਂ ਭਾਈ ਮਨੀ ਸਿੰਘ ਹੋਰਾਂ ਨੂੰ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਭੇਜਿਆ। ਯਾਦ ਰੱਖਿਓ, ਜੇ ਭਾਈ ਮਨੀ ਸਿੰਘ ਦਰਬਾਰ ਸਾਹਿਬ ਦੀ ਸੇਵਾ ਵਿੱਚ 2 ਵਾਰੀ ਗਏ ਨੇ, ਉਦੋਂ ਦਰਬਾਰ ਸਾਹਿਬ ਦੀ ਸੇਵਾ ਵਿੱਚ ਫਿਰ ਦੁਬਾਰੇ ਹਾਜ਼ਰ ਹੋਏ ਤੇ ਹਾਜ਼ਰ ਹੋ ਕੇ ਇਹਨਾਂ ਨੇ ਦਰਬਾਰ ਸਾਹਿਬ ਦੀ ਸਾਰੀ ਸੇਵਾ ਸੰਭਾਲੀ। ਆਖਿਰਕਾਰ ਕਲਗੀਧਰ ਪਿਤਾ ਜੀ ਮਹਾਰਾਜ ਨੇ ਕੁਝ ਸਮੇਂ ਬਾਅਦ ਇਹਨਾਂ ਨੂੰ ਫਿਰ ਆਪਣੇ ਕੋਲ ਬੁਲਾ ਲਿਆ। ਹੁਣ ਆਪਣੇ ਕੋਲ ਰਹਿੰਦੇ ਆ, ਇੱਥੇ ਛੋਟੀਆਂ ਮੋਟੀਆਂ ਜੰਗਾਂ ਹੁੰਦੀਆਂ ਰਹੀਆਂ, ਉਹਨਾਂ ਦੇ ਦਰਮਿਆਨ ਸਤਿਗੁਰੂ ਕੋਲ ਆਉਂਦੇ ਵੀ ਰਹੇ, ਜਾਂਦੇ ਵੀ ਰਹੇ, ਕਿਉਂਕਿ ਦਰਬਾਰ ਸਾਹਿਬ ਜੀ ਸਾਰੀ ਖਬਰ ਆਖਿਰਕਾਰ ਆਨੰਦਪੁਰ ਸਾਹਿਬ ਪਹੁੰਚਾਈ ਜਾਂਦੀ ਸੀ 1705 ਦੇ ਵਿੱਚ। ਤੇ ਉਦੋਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੋਹ ਦੀਆਂ ਰਾਤਾਂ ਨੂੰ
ਕਹਿਰ ਦੀਆਂ ਰਾਤਾਂ ਨੂੰ ਹਜ਼ੂਰ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ, ਉਹਨਾਂ ਸਮਿਆਂ ਦੇ ਵਿੱਚ ਭਾਈ ਮਨੀ ਸਿੰਘ ਹੋਰੀ ਵੀ ਕਲਗੀਧਰ ਪਿਤਾ ਦੇ ਨਾਲ ਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸਰਸਾ ਦੇ ਕਿਨਾਰੇ ਜਿੱਥੇ ਅੱਜ ਪਰਿਵਾਰ ਵਿਛੋੜਾ ਅਸਥਾਨ ਹੈ। ਹੁਣ ਆਪਣੇ ਹਿਰਦਿਆਂ ਝਾਤ ਮਾਰਿਓ, ਮੈਂ ਹਰ ਥਾਂ ਦੇ ਉੱਤੇ ਬੇਨਤੀ ਕਰਨਾ ਜਿੱਥੇ ਵੀ ਮੈਂ ਜਾਣਾ, ਹੁਣ ਆਪਣੇ ਮਨਾਂ ਵਿੱਚ ਝਾਤ ਮਾਰ ਕੇ ਦੇਖਿਓ, ਉਹ ਨੇਰੇ ਹੇਮਕੁੰਡ ਸਾਹਿਬ ਨੂੰ ਜਾਣ ਵਾਲੇ ਆ ਸਿੱਖਾਂ, ਚੇਤਾ ਰੱਖੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿਛੋੜੇ ਕੋਲ ਵੀ ਜਾ ਕੇ ਆਇਆ ਕਰ, ਗੁਰੂ ਗੋਬਿੰਦ ਸਿੰਘ ਦੀ ਚਮਕੌੜ ਦੀ ਗੜੀ ਵਿੱਚ ਵੀ ਜਾ ਕੇ ਆਇਆ ਕਰ, ਜਿੱਥੇ ਕਰੀਮ ਸ਼ਹੀਦ ਹੋਈ ਪਈ ਹੈ ਸਿੱਖ ਕੌਮ ਦੀ, ਚਮਕੌੜ ਦੀ ਗੜੀ ਵਿੱਚ ਯਾਦ ਰੱਖਣ ਯੋਗ ਬਾਤ ਹੈ। ਉੱਥੇ ਤਿੰਨ ਪਿਆਰੇ, ਭਾਈ ਹਿੰਮਤ ਸਿੰਘ, ਭਾਈ ਧਰਮ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹ ਤਿੰਨ ਪਿਆਰੇ ਚਮਕੌੜ ਦੀ ਗੜੀ ਵਿੱਚ ਸ਼ਹੀਦ ਨੇ, ਸਿੱਖ ਕੌਮ ਦੀ ਕਰੀਮ। ਔਰ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌੜ ਦੀ ਗੜੀ ਵਿੱਚ ਸ਼ਹੀਦ ਨੇ। ਸਿੱਖ ਕੌਮ ਆਪਣੀ ਵਿਰਸਾ ਭੁੱਲਦੀ ਜਾ ਰਹੀ ਹੈ। ਕੌਣ ਅੱਜ ਚਮਕੌੜ ਸਾਹਿਬ ਜਾਂਦਾ ਹੈ? ਤੁਸੀਂ ਵਿਦੇਸ਼ਾਂ ਵਿੱਚੋਂ ਜਾਂਦੇ ਹੇਮਕੁੰਡ ਸਾਹਿਬ ਨੂੰ ਤੁਰੇ ਰਹਿੰਦੇ ਹੋ, ਕਦੇ ਚਮਕੌੜ ਦੀ ਗੜੀ ਵਿੱਚ ਵੀ ਜਾ ਕੇ ਆਖਿਓ ਸਤਿਗੁਰੂ, ਕਦੇ ਤੇਰਾ ਪਰਿਵਾਰ ਵਿਛੜ ਗਿਆ ਸੀ ਪਰ ਅੱਜ ਤੇਰਾ ਪਰਿਵਾਰ ਫਿਰ ਇਕੱਠਾ ਹੋ ਗਿਆ, ਮੈਂ ਅੱਜ ਤੈਨੂੰ ਮਿਲਣ ਆਇਆ, ਇੱਥੇ ਤੇਰਾ ਅਜੀਤ ਸਿੰਘ ਸੁੱਤਾ ਸੀ, ਅੱਜ ਮੈਂ ਤੇਰੇ ਅਜੀਤ ਸਿੰਘ ਨੂੰ ਮਿਲਣ ਆਇਆ। ਨਹੀਂ, ਸਿੱਖ ਦੇ ਅੰਦਰ ਕਦੇ ਭਾਵਨਾ ਜਾਗਦੀ, ਬੇਨਤੀ ਕਰ ਰਿਹਾ ਸਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ, ਅੱਜ ਕਲਗੀਧਰ ਪਿਤਾ ਦੇ ਨਾਲ ਉਸ ਆਨੰਦਪੁਰ ਸਾਹਿਬ ਦੇ ਅਸਥਾਨ ਨੂੰ ਛੱਡਿਆ, ਤੇ ਉਹਨੂੰ ਛੱਡ ਕੇ ਕਲਗੀਧਰ ਪਿਤਾ ਜੀ ਮਹਾਰਾਜ ਦੇ ਨਾਲ ਸਰਸਾ ਦੇ ਕਿਨਾਰੇ ਤੇ ਜੰਗ ਲੜਦੇ ਆ, ਪਰਿਵਾਰ ਦੇ ਤਿੰਨ ਟੁਕੜੇ ਹੋ ਗਏ ਨੇ ਪਿਆਰ ਵਾਲਿਓ, ਇੱਕ ਟੁਕੜਾ ਹੋ ਗਿਆ ਦੋ ਮਾਤਾਵਾਂ ਅਤੇ ਭਾਈ ਮਨੀ ਸਿੰਘ ਜੀ, ਇਹ ਇੱਕ ਟੁਕੜਾ ਹੋ ਗਿਆ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ, ਇਹ ਇੱਕ ਟੁਕੜਾ ਹੋ ਗਿਆ ਅਤੇ ਤੀਜਾ ਪਰਿਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਨਾਲ ਲਖਤੇ ਜ਼ਿਗਰ, ਇਹ ਇੱਕ ਟੁਕੜਾ ਹੋ ਗਿਆ। ਇਹ ਸਾਰੇ ਟੁਕੜੇ ਵੱਖੋ ਵੱਖਰੇ ਥਾਵਾਂ ਤੇ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਵਾਲਾ ਟੁਕੜਾ ਚਮਕੌੜ ਦੀ ਗੜੀ ਵਿੱਚ ਚਲਾ ਗਿਆ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਵਾਲਾ ਟੁਕੜਾ ਉਹ ਗੰਗੂ ਬਸ ਪੈ ਗਿਆ, ਵਜ਼ੀਰ ਖਾਂ ਦੇ ਨਾਲ ਰਲ ਕੇ ਉੱਥੇ ਸਰਹੰਦ ਦੀ ਇਸ ਨੀਂਹ ਦੇ ਵਿੱਚ ਚਲੇ ਗਏ ਫਤਿਹਗੜ੍ਹ ਸਾਹਿਬ ਦੇ ਪਾਵਨ ਸਥਾਨ ਉੱਤੇ। ਤੇ ਜਿਹੜਾ ਮਾਤਾ ਜੀ ਵਾਲਾ ਟੁਕੜਾ ਸੀ ਤੇ ਭਾਈ ਮਨੀ ਸਿੰਘ ਹੋਰੀ, ਇਹ ਉੱਥੇ ਚਲੇ ਗਏ ਦਿੱਲੀ ਦੇ ਅਸਥਾਨ ਉੱਤੇ, ਇੱਥੇ ਜਾ ਕੇ ਕੁਝ ਸਮਾਂ ਨਿਵਾਸ ਕੀਤਾ। ਇੱਥੇ ਕੁਝ ਨਿਵਾਸ ਕਰਦੇ ਆ, ਆਖਿਰਕਾਰ ਸਤਿਗੁਰੂ ਜੀ ਦਾ ਪਤਾ ਲੱਗਿਆ 1706 ਦੇ ਵਿੱਚ ਜਾ ਕੇ, ਜਦੋਂ ਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਤਾ ਲੱਗਦਾ ਭਈ ਉਹ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਆ ਗਏ ਨੇ, ਉਦੋਂ ਮਾਤਾਵਾਂ ਅਤੇ ਸਤਿਗੁਰੂ ਜੀ ਦਾ ਪਿਆਰਾ ਭਾਈ ਮਨੀ ਸਿੰਘ ਫਿਰ ਦੁਬਾਰੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆ ਗਿਆ। ਇੱਥੇ ਆ ਕੇ ਸਤਿਗੁਰੂ ਜੀ ਦੇ ਚਰਨ ਪਾਸੇ ਜਦੋਂ ਮਾਤਾ ਨੇ ਪੁੱਛਿਆ ਮੇਰੇ ਪੁੱਤਰ ਕਿੱਥੇ ਨੇ, ਮੇਰਾ ਮਨ ਕਹਿੰਦਾ, ਕਈ ਵਾਰੀ ਅਸੀਂ ਇਹ ਪੰਗਤੀਆਂ ਦੇ ਅਰਥ ਗਲਤ ਕਰ ਜਾਂਦੇ ਹਾਂ। ਉਦੋਂ ਸਤਿਗੁਰੂ ਜੀ ਨੂੰ ਪੁੱਛਿਆ ਮਾਤਾ ਜੀ ਨੇ ਭਈ ਮੇਰੇ ਪੁੱਤਰ ਕਿੱਥੇ ਨੇ, ਤੇ ਸਾਹਿਬ ਨੇ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਪੇ। ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰ ਵਾਲਿਓ, ਉਦੋਂ ਸਾਹਮਣੇ ਗੁਰੂ ਦੇ ਸਾਡੇ ਵਰਗੇ ਸਿੱਖ ਨਹੀਂ ਬੈਠੇ ਹੋਣੇ ਜਿਨ੍ਹਾਂ ਦੇ ਕੋਲ ਇੰਨਾ ਵੀ ਵਕਤ ਨਹੀਂ ਆਪਣੇ ਗੁਰੂ ਦੇ ਵਿਰਸੇ ਨੂੰ ਜਾਣ ਸਕੀਏ, ਉਹ ਇਹੋ ਜਿਹੇ ਸਿੱਖ ਨਹੀਂ ਹੋਣੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਗੁਰੂ ਨੇ ਕਿਹਾ ਹੋਵੇਗਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਕਹਿਣ ਲੱਗੇ ਉਦੋਂ ਇਹੋ ਜਿਹੇ ਸਿੱਖ ਨਹੀਂ ਹੋਣੇ, ਉਦੋਂ ਉਹੋ ਜਿਹੇ ਸਿੱਖ ਹੋਣਗੇ ਭਾਈ ਮਨੀ ਸਿੰਘ ਵਰਗੇ ਸਾਹਮਣੇ ਬੈਠੇ ਜਿਨ੍ਹਾਂ ਵੱਲ ਗੁਰੂ ਨੇ ਇਸ਼ਾਰਾ ਕਰਕੇ ਕਿਹਾ ਹੋਵੇਗਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਆਖਿਰਕਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਸਤਕ ਟੇਕ ਕੇ ਇੱਥੇ ਰਹਿਣ ਲੱਗ ਪਏ। ਇੱਥੇ ਹੀ ਮੇਰੇ ਕਲਗੀਧਰ ਪਿਤਾ ਨੇ ਇੱਕ ਬਹੁਤ ਵੱਡਾ ਕਰਮ ਕੀਤਾ, ਬੜੀ ਵੱਡੀ ਬਖਸ਼ਿਸ਼ ਕੀਤੀ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਸ਼ਾਮਲ ਕਰਵਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦੁਬਾਰੇ ਸਰੂਪ ਲਿਖਾਇਆ ਗਿਆ। ਇਹ ਗੱਲ ਚੇਤਾ ਰੱਖਣ ਵਾਲੀ ਹੈ, ਪਹਿਲੀ ਵਾਰੀ ਜਿਹੜਾ ਸਰੂਪ ਲਿਖਿਆ ਗਿਆ ਉਹ ਰਾਮਸਰ ਕੰਢੇ, ਹੁਣ ਰਾਮਸਰ ਦਾ ਨਹੀਂ ਪਤਾ ਹੋਏਗਾ, ਰਾਮਸਰ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਤੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਉਹਦੇ ਉੱਤੇ ਸ਼ਹੀਦਾਂ ਦਾ ਸਥਾਨ ਹੈ, ਉਹਦੇ ਲਾਗੇ ਸਥਾਨ ਹੈ ਰਾਮਸਰ। ਇੱਥੇ ਬੈਠ ਕੇ ਪਹਿਲੀ ਵਾਰੀ ਭਾਈ ਗੁਰਦਾਸ ਜੀ ਲਿਖਾਰੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਲਿਖਾਉਣ ਵਾਲੇ ਨੇ,
ਤੇ ਪਹਿਲੀ ਵਾਰੀ ਬਾਣੀ ਲਿਖੀ ਗਈ ਉਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੇ 116 ਸ਼ਬਦ ਨਹੀਂ ਅੰਕਿਤ ਹੋਏ, ਬਾਕੀ ਸਾਰੀ ਬਾਣੀ ਅੰਕਿਤ ਹੋਈ। 116 ਸ਼ਬਦ, 59 ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, 57 ਸ਼ਲੋਕ ਨੇ। ਇਹ ਉਦੋਂ ਬਾਣੀ ਦਰਜ ਨਹੀਂ ਹੋਈ, ਉਦੋਂ ਕੇਵਲ ਭਾਈ ਗੁਰਦਾਸ ਜੀ ਹੋਰਾਂ ਨੇ ਬਾਕੀ ਬਾਣੀ ਲਿਖੀ ਗਈ ਇਹਨਾਂ ਤੋਂ ਬਿਨਾਂ। ਤੇ ਉਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਹੁਣ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਭਾਈ ਮਨੀ ਸਿੰਘ ਹੋਰਾਂ ਨੂੰ ਲਿਖਾਰੀ ਲਾ ਕੇ ਫਿਰ ਦੁਬਾਰੇ ਇਹ ਬੀੜ ਲਿਖਵਾਈ ਗਈ। ਜਦੋਂ ਸਾਰੀ ਬੀੜ ਵਿੱਚ ਇਹ ਸਮੁੱਚੀ ਬਾਣੀ ਅੰਕਿਤ ਹੋਈ ਤਾਂ ਉਦੋਂ ਇੱਕ ਪਾਠ ਕੀਤਾ ਗਿਆ। ਇਹ ਗੱਲ ਚੇਤਾ ਰੱਖਿਓ ਜੇ ਕਈ ਸਵਾਰਥੀ ਲੋਕ ਇਹਨੂੰ ਸੰਪਟ ਪਾਠ ਨਾਲ ਜੋੜ ਲੈਂਦੇ ਨੇ, ਕਈ ਸਵਾਰਥੀ ਲੋਕ ਇਹਨੂੰ ਅਖੰਡ ਪਾਠ ਨਾਲ ਜੋੜ ਲੈਂਦੇ ਨੇ, ਕਈ ਕਿਸੇ ਪਾਠ ਨਾਲ ਜੋੜ ਲੈਂਦੇ ਨੇ, ਕਈ ਕਿਸੇ ਪਾਠ ਨਾਲ ਜੋੜ ਲੈਂਦੇ ਨੇ। ਮੈਂ ਬੇਨਤੀ ਕਰਾਂਗਾ ਉਦੋਂ ਇਤਿਹਾਸ ਵਿੱਚ ਕੇਵਲ ਜ਼ਿਕਰ ਇੱਕ ਪਾਠ ਦਾ ਹੈ। ਉਦੋਂ ਪਾਠ ਹੋਇਆ ਤੇ 30 ਅਕਤੂਬਰ 1706 ਨੂੰ ਪਹਿਲਾ ਭੋਗ ਪਾਇਆ ਗਿਆ। ਤੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਸਮਾਂ ਰੁਕੇ, ਇੱਥੇ ਅੰਮ੍ਰਿਤਮਈ ਬਾਣੀ ਦੀ ਇਹਨਾਂ ਨੇ ਵਿਆਖਿਆ ਵੀ ਕੀਤੀ, ਇਤਿਹਾਸ ਇਹ ਗੱਲ ਆਖਦਾ। ਤੇ ਉਦੋਂ ਪਾਠ ਵੀ ਹੋਇਆ, ਉਦੋਂ ਸਾਰੀ ਬਾਣੀ ਦਾ ਇਹ ਉਤਾਰਾ ਹੋਇਆ। ਉਸ ਤੋਂ ਬਾਅਦ ਸਤਿਗੁਰੂ ਜੀ ਚਲੇ ਗਏ ਤੇ ਗਰੀਬ ਨਿਵਾਜ ਪਾਤਸ਼ਾਹ ਇੱਥੋਂ ਜਾਂਦਿਆਂ ਹੋਇਆਂ ਜਦੋਂ ਫਿਰ ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ, ਇਤਿਹਾਸ ਤਾਂ ਪਕੜ ਵਿੱਚ ਆਏਗਾ। ਸਤਿਗੁਰੂ ਜੀ ਨੇ ਦੀਨੇ ਕਾਂਗੜ ਤੋਂ ਇੱਕ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਵੱਲ ਭੇਜਿਆ ਸੀ। ਔਰੰਗਜ਼ੇਬ 1707 ਵਿੱਚ ਉਹਦੀ ਚੜ੍ਹਾਈ ਕਰ ਜਾਂਦਾ, ਮਰ ਜਾਂਦਾ ਉਹ। ਔਰੰਗਜ਼ੇਬ 1707 ਵਿੱਚ ਮਰ ਜਾਂਦਾ। ਜਦੋਂ 1707 ਵਿੱਚ ਉਹ ਮਰਦਾ, ਉਸ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਮਹਾਰਾਜ ਨੂੰ ਇਸ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਕੁਝ ਗੁਰੂ ਕੇ ਸਿੱਖ ਜਿਹੜੇ ਨਾਲ ਉਹ ਲੈ ਕੇ ਗਏ ਸਨ ਜ਼ਫਰਨਾਮਾ, ਉਹ ਆ ਕੇ ਮਿਲਦੇ ਨੇ। ਉਦੋਂ ਭਾਈ ਮਨੀ ਸਿੰਘ ਨਾਲ ਹੈ। ਜਦੋਂ ਇਹ ਜ਼ਫਰਨਾਮੇ ਦੀ ਗੱਲ ਹੋ ਗਈ, ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੁਬਾਰੇ ਭਾਈ ਮਨੀ ਸਿੰਘ ਹੋਰਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ ਭੇਜ ਦਿੱਤਾ ਤੇ ਭੇਜ ਕੇ ਉਹਨਾਂ ਨੂੰ ਇਹ ਬਚਨ ਆਖ ਦਿੱਤੇ, ਪਿਆਰਿਓ ਤੁਸੀਂ ਅੱਜ ਤੋਂ ਬਾਅਦ ਇੱਥੇ ਕੁਝ ਸਮਾਂ ਰਹਿਣਾ, ਇੱਥੇ ਵੀ ਸੇਵਾ ਕਰਦੇ ਰਹੇ ਤੇ ਭਾਈ ਮਨੀ ਸਿੰਘ ਮਾਤਾ ਜੀ ਹੋਰਾਂ ਕੋਲ ਵੀ ਰਹੇ। ਤੇ ਆਖਰਕਾਰ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਇੱਥੇ ਪੰਜਾਬ ਦੀ ਧਰਤੀ ਵੱਲ ਭੇਜ ਕੇ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਜਦੋਂ ਭੇਜਿਆ, ਬਾਬੇ ਬੰਦੇ ਬਹਾਦਰ ਦੀ ਵੀ ਆਖਰਕਾਰ ਚੜ੍ਹਾਈ ਕਰ ਜਾਂਦੇ ਨੇ। ਉਹ 1716 ਦੇ ਵਿੱਚ ਉਦੋਂ ਚੜ੍ਹਾਈ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਵਿੱਚ ਭਾਈ ਮਨੀ ਸਿੰਘ ਹੋਰਾਂ ਨੇ, ਉਦੋਂ ਇੱਕ ਝਗੜਾ ਹੋ ਗਿਆ ਇਹ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ ਹਰਿਮੰਦਰ ਸਾਹਿਬ ਦੇ ਵਿੱਚ। ਉਦੋਂ ਦੋ ਜਣੇ ਨੇ, ਇੱਕ ਤੱਤ ਖਾਲਸਾ ਇੱਕ ਬੰਦਈ ਖਾਲਸਾ, ਦੋ ਗਰੁੱਪ ਬਣ ਗਏ। ਜਿਹੜਾ ਬੰਦਈ ਖਾਲਸਾ ਉਹਦਾ ਮੁਖੀਆ ਹੈ ਅਮਰ ਸਿੰਘ, ਜਿਹੜਾ ਤੱਤ ਖਾਲਸਾ ਉਹਦਾ ਮੁਖੀਆ ਹੈ ਭਾਈ ਕਾਨ ਸਿੰਘ। ਇਹ ਦੋਵੇਂ ਜਣੇ, ਭਾਈ ਕਾਨ ਸਿੰਘ ਹੋਰਾਂ ਦਾ ਕਬਜ਼ਾ ਦਰਬਾਰ ਸਾਹਿਬ ਦੇ ਉੱਤੇ ਤੇ ਅਮਰ ਸਿੰਘ ਆਪਣੇ ਵੱਲੋਂ ਝੰਡੇ ਬੂੰਗੇ, ਇਹਦਾ ਉਸ ਸਥਾਨ ਦੇ ਉੱਤੇ ਕਬਜ਼ਾ ਹੈ ਤੇ ਇਹ ਆਪਣੇ ਵੱਲੋਂ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦਾ। ਜਦੋਂ ਇਹਨੇ ਆ ਕੇ ਕਬਜ਼ਾ ਕਰਨਾ ਚਾਹਿਆ, ਲੜਾਈ ਹੋਣ ਲੱਗੀ, ਉਦੋਂ ਭਾਈ ਮਨੀ ਸਿੰਘ ਹੋਰਾਂ ਦੀ ਡਿਊਟੀ ਲੱਗੀ ਭਈ ਇਹ ਝਗੜੇ ਨੂੰ ਨਿਬੇੜਿਆ ਜਾਏ। ਭਾਈ ਮਨੀ ਸਿੰਘ ਹੋਰਾਂ ਨੇ ਇੱਕ ਫੈਸਲਾ ਲਿਆ ਵੀ ਤੁਸੀਂ ਗੁਰੂ ਦੇ ਤੌਰ ਤੇ ਤਾਂ ਆਪਣੇ ਤੌਰ ਤੇ ਮੰਨਦੇ ਨਹੀਂ, ਪਰ ਗੁਰੂ ਨੂੰ ਜੇ ਤੁਸੀਂ ਪ੍ਰਤੱਖ ਮੰਨਦੇ ਹੋ ਤਾਂ ਆਪਾਂ ਦੋਵੇਂ ਤੱਤਾਂ ਦੀਆਂ, ਦੋਵੇਂ ਦਲਾਂ ਦੀਆਂ ਪਰਚੀਆਂ ਲਿਖ ਕੇ ਦਰਬਾਰ ਸਾਹਿਬ ਦੇ ਜਲ ਵਿੱਚ ਸੁੱਟਦੇ ਹਾਂ, ਗੁਰੂ ਨੂੰ ਜਿਵੇਂ ਪਾਇਆ ਉਵੇਂ ਗੱਲ ਹੋ ਜਾਏਗੀ। ਉਸ ਵੇਲੇ ਪਰਚੀਆਂ ਪਾਈਆਂ ਗਈਆਂ, ਇਤਿਹਾਸ ਕਹਿੰਦਾ ਭਾਈ ਕਾਨ ਸਿੰਘ ਵਾਲੀ ਪਰਚੀ, ਤੱਤ ਖਾਲਸਾ ਵਾਲੀ ਪਰਚੀ, ਉਹ ਜਿਹੜੀ ਉਸ ਵੇਲੇ ਤਰ ਗਈ ਤੇ ਅਮਰ ਸਿੰਘ ਨੂੰ ਇਹ ਜਿਹੜਾ ਬੰਦਈ ਖਾਲਸੇ ਦਾ ਬੰਦਾ ਹੈ ਇਹਨੂੰ ਇਹ ਗੱਲ ਪਸੰਦ ਨਾ ਆਈ, ਹਾਲਾਂਕਿ ਪਹਿਲਾਂ ਇਹਨੇ ਵਚਨ ਕੀਤਾ ਵੀ ਪਰਚੀਆਂ ਪਾ ਲਓ ਮੈਂ ਮੰਨਾਂਗਾ। ਇਹਨੇ ਉਸ ਵੇਲੇ ਗੱਲ ਮੰਨੀ ਨਾ, ਉਸ ਵੇਲੇ ਫਿਰ ਦੁਬਾਰਾ ਝਗੜਾ ਹੋਇਆ, ਅਮਰ ਸਿੰਘ ਉੱਥੇ ਮਾਰਿਆ ਗਿਆ। ਜਦੋਂ ਦੁਬਾਰੇ ਤੱਤ ਖਾਲਸਾ ਤੇ ਬੰਦਈ ਖਾਲਸਾ ਦਾ ਫੈਸਲਾ ਕਰਵਾਇਆ ਭਾਈ ਮਨੀ ਸਿੰਘ ਹੋਰਾਂ ਨੇ, ਇਸ ਤੋਂ ਕੁਝ ਸਮਾਂ ਬਾਅਦ ਸਿੱਖੀ ਦੇ ਉੱਤੇ ਬੜਾ ਕਹਿਰ ਟਿਆ, ਬਹੁਤ ਕਹਿਰ ਟਿਆ। 1716 ਤੋਂ ਬਾਅਦ ਬੜਾ ਕਹਿਰ ਟਾਇਆ ਗਿਆ। ਆਖਿਰਕਾਰ 1723 ਦੇ ਵਿੱਚ ਇੱਕ ਫੈਸਲਾ ਹੁੰਦਾ ਸਰਕਾਰ ਦੇ ਨਾਲ, ਜਦੋਂ ਨਵਾਬੀ ਆਉਂਦੀ ਹੈ,
ਨਵਾਬੀ ਆਉਂਦੀ ਹੈ ਤੇ ਉਦੋਂ ਵੀ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਇਹ ਸਲਾਹ ਵਿਚਾਰ ਕੀਤੀ ਗਈ ਤੇ ਕੁਝ ਗੁਰੂ ਕੇ ਸਿੱਖ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਵਿਰੋਧ ਕੀਤਾ, ਪਰ ਮਤਾ ਪਾਸ ਇਹ ਹੋਇਆ ਭਾਈ ਮਨੀ ਸਿੰਘ ਹੋਰਾਂ ਦੀ ਹਜ਼ੂਰੀ ਵਿੱਚ ਭਾਈ ਜਿੰਨਾ ਸਮਾਂ ਹੋ ਸਕਦਾ ਇਸ ਗੱਲ ਤੋਂ ਲਾਭ ਲਿਆ ਜਾਵੇ, ਸਿੱਖ ਜਿਹੜੇ ਉਖੜੇ ਹੋਏ ਨੇ ਉਹ ਫਿਰ ਦੁਬਾਰੇ ਇਕੱਠੇ ਹੋ ਜਾਣ, ਜਿੰਨਾ ਸਮਾਂ ਨਵਾਬੀ ਦਾ ਕੰਮ ਚੱਲਦਾ ਉਨਾ ਸਮਾਂ ਚਲਾਇਆ ਜਾਏ। ਯਾਦ ਰੱਖਣ ਯੋਗ ਬਾਤ ਹੈ, ਕੇਵਲ 7 ਕੁ ਮਹੀਨੇ ਫੈਸਲਾ ਚੱਲਿਆ, ਨਵਾਬੀ ਦਾ ਫੈਸਲਾ 7 ਕੁ ਮਹੀਨੇ ਹੀ ਚੱਲਿਆ। ਉਸ ਤੋਂ ਬਾਅਦ ਜ਼ਕਰੀਆ ਖਾਂ ਫਿਰ ਦੁਬਾਰੇ ਕਹਿਰ ਢਾਉਣ ਲੱਗ ਪਿਆ, ਸਿੱਖ ਫਿਰ ਦੁਬਾਰੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਗਏ। 1723 ਤੋਂ ਲੈ ਕੇ 1733 ਤੱਕ, ਬਹੁਤ ਧਿਆਨ ਦਿਓ, 1723 ਤੋਂ ਲੈ ਕੇ 1733 ਤੱਕ ਇਹ ਜਿੰਨੇ ਵੀ ਸਨ ਨੇ, ਇਹ ਈਸਵੀ ਸਨ ਨੇ, ਇਹਦੇ ਵਿੱਚ ਬੜੀ ਲੁਕਣ ਮਿੱਟੀ ਚੱਲਦੀ ਰਹੀ। ਕਦੇ ਸਰਕਾਰ ਭਾਰੂ ਹੋ ਜਾਇਆ ਕਰੇ, ਕਦੇ ਗੁਰੂ ਕੇ ਸਿੱਖ ਆ ਕੇ ਹਮਲਾ ਕਰਕੇ ਆਪਣਾ ਆਪਾ ਜਿਤਾ ਦਿਆ ਕਰਨ, ਪਰ ਬਹੁਤਾ ਸਮਾਂ ਸਿੱਖੀ ਦਾ ਘਾਣ ਹੀ ਹੁੰਦਾ ਰਿਹਾ। ਆਖਿਰਕਾਰ 1733 ਦੇ ਵਿੱਚ ਭਾਈ ਮਨੀ ਸਿੰਘ ਹੋਰਾਂ ਨੇ ਇੱਕ ਸਰਕਾਰ ਨਾਲ ਫੈਸਲਾ ਕੀਤਾ ਵੀ ਜੇ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਮੈਨੂੰ ਇੱਥੇ ਦਰਬਾਰ ਸਾਹਿਬ ਇੱਕ ਵਾਰੀ ਸਿੱਖਾਂ ਦਾ ਇਕੱਠ ਕਰ ਲੈਣ ਦਿਓ ਦੀਵਾਲੀ ਦੇ ਉੱਤੇ, ਦੀਵਾਲੀ ਦੇ ਉੱਤੇ ਸਿੱਖਾਂ ਦਾ ਇਕੱਠ ਕਰ ਲੈਣ ਦਿਓ, ਮੈਂ 10,000 ਰੁਪਈਆ ਤੁਹਾਡੇ ਖਜ਼ਾਨੇ ਜਮ੍ਹਾਂ ਕਰਵਾ ਦਿਆਂਗਾ। ਫੈਸਲਾ ਹੋ ਗਿਆ। ਉਦੋਂ ਵਿਚਾਰ ਇਹ ਹੋਈ ਵੀ ਕਿੰਨੇ ਕੁ ਗੁਰੂ ਕੇ ਸਿੱਖ ਨੇ ਇੱਕ ਵਾਰੀ ਰਲ ਮਿਲ ਬੈਠ ਹਰਿਮੰਦਰ ਸਾਹਿਬ ਗੁਰੂ ਦੇ ਚਰਨਾਂ ਵਿੱਚ ਜੁੜ ਜਾਈਏ। ਹਰਿਮੰਦਰ ਸਾਹਿਬ ਉਦੋਂ ਜਿੰਦ ਜਾਨ ਹੁੰਦੀ ਸੀ ਸਿੱਖ ਦੀ। ਉਦੋਂ ਉਹਨਾਂ ਬਚਨ ਆ ਕੇ ਕਹਿਣ ਲੱਗੇ ਵੀ ਮੈਂ ਇੱਕ ਛੋਟੀ ਜਿਹੀ ਗੱਲ ਵਿੱਚੋਂ ਹੋਰ ਕਹਿ ਦਿਆਂ। ਹਰਿਮੰਦਰ ਸਾਹਿਬ 1762 ਦੇ ਵਿੱਚ ਜਦੋਂ ਇਹਦੇ ਉੱਤੇ ਹਮਲਾ ਹੋਇਆ, ਯਾਦ ਰੱਖਿਓ ਜੇ 1762 ਵਿੱਚ ਹਮਲਾ ਹੋਇਆ, ਸਹੀ 222 ਸਾਲਾਂ ਬਾਅਦ 1984 ਚ ਫਿਰ ਹਮਲਾ ਹੋਇਆ, ਸਹੀ 222 ਸਾਲਾਂ ਬਾਅਦ 1762 ਵਿੱਚ ਹਮਲਾ ਹੁੰਦਾ ਹੈ। ਜਦੋਂ ਹਮਲਾ ਹੁੰਦਾ ਉਦੋਂ ਵਿੱਚੋਂ ਇੱਕ ਉਦਾਹਰਣ ਦੇਣ ਲੱਗਾ, ਆਪਾਂ ਫਿਰ ਉਸੇ ਲੜੀ ਵੱਲ ਚੱਲਣਾ। ਉਦੋਂ ਇਹ ਦਰਬਾਰ ਸਾਹਿਬ ਦਾ ਜਿਹੜਾ ਸਾਰਾ ਕੁਛ ਸੀ ਉਹ ਤਹਿਸ਼ ਨਹਿਸ਼ ਕਰ ਦਿੱਤਾ ਗਿਆ ਤੇ ਆਪਣੇ ਵੱਲੋਂ ਪ੍ਰਬੰਧ ਸਾਰਾ ਖਤਮ ਕਰ ਦਿੱਤਾ ਗਿਆ ਤੇ ਕੋਈ ਇੱਥੇ ਨੇੜੇ ਨਾ ਸਕੇ। ਉਦੋਂ ਉਹਨੇ ਪ੍ਰਬੰਧ ਕੀਤਾ, ਇੱਕ ਗੁਰੂ ਕਾ ਸਿੱਖ ਹੈ, ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਭਾਈ ਮੈਂ ਜਿਵੇਂ ਕਿਵੇਂ ਹੋਵੇ ਤੇ ਆਪਣੇ ਵੱਲੋਂ ਮੈਂ ਦਰਬਾਰ ਸਾਹਿਬ ਦੇ ਉਸ ਅਸਥਾਨ ਉੱਤੇ ਦੀਵਾ ਤਾਂ ਜਗਾਵਾਂ, ਇੰਨਾ ਪਿਆਰਾ ਹੁੰਦਾ ਸੀ ਦਰਬਾਰ ਸਾਹਿਬ। ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਦੀਵਾ ਜਗਾਉਣ ਗਿਆ। ਜਦੋਂ ਦੀਵਾ ਜਗਾਉਣ ਗਿਆ ਉਹਨੂੰ ਜ਼ਾਲਮਾਂ ਨੇ ਜਦੋਂ ਦੀਵਾ ਜਗਿਆ ਉਦੋਂ ਉਸੇ ਵੇਲੇ ਉੱਥੇ ਭੁੰਨ ਕੇ ਰੱਖ ਦਿੱਤਾ। ਜਦੋਂ ਭੁੰਨ ਦਿੱਤਾ ਉਹਦਾ ਇੱਕੋ ਇੱਕ ਪੁੱਤਰ ਸੀ, ਜਾਣ ਲੱਗਿਆ ਉੱਚੀ ਆਵਾਜ਼ ਦੇ ਇੱਕ ਗੱਲ ਕਹਿ ਗਿਆ, ਕਹਿੰਦਾ ਧੰਨ ਗੁਰੂ ਰਾਮਦਾਸ ਸੱਚੇ ਪਿਤਾ, ਤੇਰੇ ਦਰਬਾਰ ਦਾ ਅੱਜ ਮੇਰੇ ਕੋਲ ਜਿੰਦ ਜਾਣ ਸੀ, ਤੇਰੀ ਬਖਸ਼ੀ ਹੋਈ, ਅੱਜ ਮੈਂ ਚਿਰਾਗ ਜਗਾ ਚੱਲਾਂ, ਕੱਲ੍ਹ ਮੇਰੇ ਪੁੱਤਰ ਨੂੰ ਸੁਮਤ ਬਖਸ਼ੀ, ਉਹ ਤੇਰੇ ਦਰ ਤੇ ਚਿਰਾਗ ਜਗਾ ਦੇਵੇ, ਜਦੋਂ ਤੱਕ ਤੇਰੇ ਕੋਲ ਕਿਰਪਾ ਹੋਵੇਗੀ, ਰਹਿਮਤ ਵਰਸੇਗੀ, ਮੇਰਾ ਪੁੱਤਰ ਤੇਰੇ ਦਰ ਤੇ ਆਵੇਗਾ। ਦੂਜੇ ਦਿਨ ਉਹਦੇ ਪੁੱਤ ਨੇ ਜਾ ਕੇ ਜਦੋਂ ਚਿਰਾਗ ਜਗਾਇਆ, ਉਦੋਂ ਵੀ ਭਾਵੇਂ ਪਹਿਰਾ ਸਖਤ ਸੀ, ਉਹ ਆਪਣੀ ਜਿੰਦ ਤੇ ਖੇਡ ਕੇ ਗਿਆ। ਜਦੋਂ ਉਹਦੇ ਪੁੱਤ ਨੇ ਵੀ ਆ ਕੇ ਇਹ ਚਿਰਾਗ ਜਗਾਇਆ, ਉਦੋਂ ਉਹਨੂੰ ਵੀ ਪੁੰਨ ਦਿੱਤਾ। ਉਦੋਂ ਗੁਰੂ ਕੇ ਸਿੱਖ ਨੇ ਫਿਰ ਦੁਬਾਰੇ ਅਰਦਾਸ ਕੀਤੀ, ਗੁਰੂ ਰਾਮਦਾਸ ਸੱਚੇ ਪਿਤਾ, ਮੇਰਾ ਪਿਓ ਵੀ ਇਕੱਲਾ ਸੀ, ਉਹ ਜੋਤ ਜਗਾ ਗਿਆ, ਮੇਰੀ ਵੀ ਅੱਗੇ ਜ਼ਿੰਦਗੀ ਇਕੱਲੀ ਸੀ, ਮੈਂ ਜੋਤ ਜਗਾ ਚੱਲਾਂ, ਪਰ ਸੱਚੇ ਪਾਤਸ਼ਾਹ ਸਾਡੇ ਜੀਵਨ ਦੀਆਂ ਜੋਤਾਂ ਬੁੱਝ ਗਈਆਂ, ਤੇਰੇ ਘਰ ਦੀ ਜੋਤ ਜਗਦੀ ਰਵੇ, ਅੱਜ ਤੋਂ ਬਾਅਦ ਜੋਤ ਤੂੰ ਖੁਦ ਜਗਾਉਣੀ ਹੈ। ਗੁਰੂ ਕੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਜਾਨ ਵਾਰ ਕੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋ ਗਏ, ਪਰ ਆਪਣੇ ਆਪੇ ਤੋਂ ਨਹੀਂ ਵਾਰਿਆ, ਆਪਣੇ ਆਪੇ ਤੋਂ ਕਦੇ ਗੁਰੇਜ਼ ਨਹੀਂ ਕੀਤਾ, ਗੁਰੂ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋ ਗਏ। ਜਿਹੜੀ ਬੇਨਤੀ ਕਰਨੀ ਚਾਹੁੰਦਾ ਮੈਂ, ਸਿਰਫ ਇੱਕ ਝਲਕ ਤੁਹਾਡੇ ਨਾਲ ਸਾਂਝੀ ਕੀਤੀ ਹੈ। ਦਰਬਾਰ ਸਾਹਿਬ ਇੰਨਾ ਪਿਆਰਾ ਹੁੰਦਾ ਸੀ, ਬਾਬਾ ਦੀਪ ਸਿੰਘ ਨੂੰ ਜਾ ਕੇ ਇਹੋ ਗੱਲ ਕਹੀ ਸੀ ਨਾ ਵੀ ਤੇਰੇ ਦਰਬਾਰ ਸਾਹਿਬ ਦੀ ਬੇਅਦਬੀ ਕਰ ਦਿੱਤੀ ਗਈ, ਉਹ ਜਿੰਦ ਵਾਰਨ ਲਈ ਤਿਆਰ ਹੋ ਗਿਆ ਸੀ, ਆਪਣਾ ਆਪਾ ਸੀਸ ਤਲੀ ਤੇ ਰੱਖ ਕੇ ਗੁਰੂ ਚਰਨਾਂ ਵਿੱਚ ਆਇਆ। ਦਰਬਾਰ ਸਾਹਿਬ ਇੰਨਾ ਪਿਆਰਾ ਹੁੰਦਾ ਸੀ ਸਿੱਖ ਨੂੰ, ਅੱਜ ਉਸੇ ਦਰਬਾਰ ਸਾਹਿਬ ਤੋਂ ਸਿੱਖ ਟੁੱਟ ਗਿਆ। ਜਿਹੜੀ ਬੇਨਤੀ ਕਰਨਾ ਚਾਹੁੰਦਾ, ਭਾਈ ਮਨੀ ਸਿੰਘ ਹੋਰਾਂ ਨੂੰ ਆਖਿਰਕਾਰ ਇੱਥੇ 1733 ਦੇ ਵਿੱਚ ਜਦੋਂ ਇਹ ਫੈਸਲਾ ਹੋਇਆ, ਉਹਨਾਂ ਨੇ ਵਿਚਾਰ ਕੀਤੀ ਵੀ ਠੀਕ ਹੈ, ਅਸੀਂ ਇਹ ਪ੍ਰਬੰਧ ਕਰਨੇ ਹੈ ਤੇ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰੋ, ਗੁਰੂ ਕੇ ਸਿੱਖਾਂ ਦਾ ਇਕੱਠ ਕਰ ਲਓ। ਲਖਪਤ ਰਾਏ ਦੀ ਡਿਊਟੀ ਲੱਗੀ ਤੇ ਉਹਨਾਂ ਨੇ ਆਪਣੇ ਵੱਲੋਂ ਗੁਰੂ ਕੇ ਸਿੱਖਾਂ ਨੂੰ ਸੁਨੇਹੇ ਭੇਜੇ, ਸਾਰਾ ਪ੍ਰਬੰਧ ਕੀਤਾ ਗਿਆ ਅਤੇ ਇਸ
अमृतसर साहब की धरती उत्ते इकट्ठ करन वास्ते सारी तैयारी हो गई। रब दा सबब, जालमां ने दूरी गोंद गुजरी, दूरी गोंद यह गुंद ली भाई एक पासे तो 10,000 रुपया लवेंगे, दूजे पासे सिख सारे इकट्ठे हो जाएंगे, इकले इकले नूं लभ के मारन की बजाय इत्थे सारे इकट्ठे होणगे, असी सारियां नूं इक्को बारी खत्म कर देंगे। किन्ना चंगा होवेगा जे किते इक्को बारी खत्म कर दिए, साडा काम भी सोहला हो जाएगा। उन्हें प्रबंध किया, सारी अंदरों तैयारी कर ली। रब दा सबब, यह गल गुरु के चरणों में आके फिर दोबारे पता लग गई। गुरु साहब के दर से भाई मनी सिंह होर गल की सूह मिल गई भाई, इवें गुरु के सिखा शहादत का जाम पीना पवेगा, बड़ा वड्डा मुल तारना पवेगा जे हरिमंदर साहब के अंदर दिवाली मनाई गई। भाई मनी सिंह होर ने फिर दोबारे चिट्ठिया कढ़िया भाई नहीं, यह काम इवें नहीं हो सकता, इन्हां जालमां की नीयत बदनीत है, ते कल ये कुछ भी कर सकते ने, तुसी दरबार साहब ना आना, गुरु के सिख ना आए। आखिरकार उस जुर्माना ना भरिया गया, ना भरिया गया, तो उन्होंने अपने वालों फिर कहर करना चाहिया। भाई मनी सिंह होर ने 1734 के फैसला होंदा दिवाली का, दिवाली वेले इकट्ठ नहीं हुंदा। भाई मनी सिंह होरां वचन कीता भी विसाखी ते सानू फिर इकट्ठ कर लैण दिओ, ते तुसी अपने वल्लों नीयत बदनीत ना करिओ, असी तुहाडे नाल अपने फैसले ते पूरे उतरांगे, क्योंकि साडे गुरु दा वचन है, वचन करे ते खिसक जाए सोई नर कच्चा। कहन लगे इत्थे साडे तां गुरु दे घर विच इह वचन है, मन साचा मुख साचा सोए, अवर ना पेखे एक सबिन कोए, नानक इह लक्षण ब्रह्म ज्ञानी होए। मिथ्या नाही रसना परस, ब्रह्म ज्ञानी वह हुंदा जिहड़ा अपनी जबान तो कदे झूठ ना बोले, ते इसलिए असी कदे झूठ नहीं कहांगे तुहानू, तुसी अपने वल्लों प्रबंध कर लो, पर दोहरी नीति ना खेडो। 1734 दी विसाखी वास्ते फिर दोबारे प्रबंध किया गया, तुसी एक कृपा करो सानू एक इकट्ठ कर लैण दो, असी तुहाडा उन्ना ही 10,000 रुपये फिर भरवा देंगे। फिर दोबारे प्रबंध हो गया, ठीक है, हुक्मनामे भेजे गए, सारा कुछ उस वेले तैयारी हो गई। ते जदों रब दा सबब वरतिया, फिर दोबारे जकरिया खान ने प्रबंध कर लिया भई अपने वालों कोशिश करिए विसाखी ते कट्ठे होए सिखां नूं फिर मौत दे घाट उतार दईए। भाई मनी सिंह होरां नूं फिर पता लगे, उस गुरु के प्यारे ने फिर दोबारे अपने वालों सुनेहे भेजे, नहीं प्यारे इकट्ठे नहीं होना, सिखी दी इस दात नूं जालम नहीं जे पाउंदा, जालम नहीं जे देखना चाहुंदा, उन्हूं नहीं जे पाउंदी ये दात। उस वेले फिर दोबारे प्रबंध किया गया, आखिरकार जदों ये ना कुछ होया तो उस वेले भाई मनी सिंह होरां नूं गिरफ्तार कर लिया गया, जदों ना जुर्माना भरिया उन्हां नूं गिरफ्तार कर लिया गया, ते जदों गिरफ्तार किया उदों इहदे नाल दे पुत्र भी ने, ते नाल कुछ परिवार के होर भी मैंबर ने। मैं उस पासे हुण नहीं जाना चाहुंदा, अपनी गल वल चलीए। भाई मनी सिंह होरां नूं गिरफ्तार करके लेके चले गए, लाहौर दे विच गए ने, लाहौर विच जाके ओयो तीन सवाल इन्हां दे सामने अगे रखे गए। पहला सवाल, जे तुसी अपनी जिंद नूं बचाउणा चाहुंदे हो तां सब तों पहली गल है भई तुसी इत्थे टैक्स भर दिओ, गल खत्म हो जाए। मैं एक बेनती करनी चाहुंदा हुण इत्थे, इहदा मतलब मैं एक अर्ज जरूर करांगा, आखिर तो मैनू किते तो बैठ के बोलना ही पैना ना, देही है किते तो बैठ के बोलेगी ना, पर इहदा संबंध केवल उत्थों दे एरिए नाल ना ला लैणा, इहदा संबंध समुची सिख कौम नाल है, किसी एक धड़े नाल नहीं, किसी एक कमेटी नाल नहीं, किसी एक गुरुद्वारे नाल नहीं। यह मैं बेनती करनी चाहुंदा, जिहड़ी मैं बेनती करनी चाहुंदा उहदे वल ख्याल करिओ। हुण भाई मनी सिंह होरां नूं वचन आख्या गया भी तुसी 10,000 रुपया ते एक सरकारी खजाने जमा करवा लियो ते तुहानूं छड्ड दित्ता जाएगा। भाई मनी सिंह होरां ने वचन आखे, कहण लगे प्यारियो गुरसिखां दी दसा नौहां दी कमाई है, 10,000 रुपया देना भाई मनी सिंह वर्गे सिख लई कोई वड्डी गल नहीं, जिहदे इशारे ते कौम जिंद मार सकदी है, 10,000 रुपया कुछ भी नहीं। पर भाई मनी सिंह नहीं मने, गुरु घर का एक दमड़ा भी मैं तुहाडे सरकारी खजाने जमा नहीं करवावांगा, क्योंकि इत्थे आके जिहड़े मत्था टेकदे ने ना
ਬੜੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਬੇਅਦ ਲੱਖ ਤੋੜਵੀਂ ਮਿਹਨਤ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਭੇਟਾ ਕਰਦੇ ਨੇ। ਮੈਂ ਇਹ ਪੈਸੇ ਨਹੀਂ ਤੁਹਾਨੂੰ ਦੇ ਸਕਦਾ, ਇਸ ਲਈ ਮੈਂ ਇਸ ਗੱਲ ਤੋਂ ਤਾਂ ਮਨੁੱਕਰ ਹੈ। ਯਾਦ ਰੱਖਣ ਯੋਗ ਬਾਤ ਹੈ, ਅੱਜ ਸਾਡੀ ਕੌਮ ਦਾ ਬਹੁਤਾਤ ਥਾਵਾਂ ਦੇ ਉੱਤੇ ਪੈਸਾ ਸਰਕਾਰੀ ਵਕੀਲਾਂ ਦੇ ਕੋਲ ਜਾ ਰਿਹਾ। ਉਹ ਅੱਜ ਦੇ ਪ੍ਰਬੰਧਕੋ, ਜਿੱਥੇ ਵੀ ਤੁਸੀਂ ਬੈਠੇ ਹੋ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਇਹ ਗੁਰੂ ਕੇ ਲਾਡਲਿਆਂ ਦਾ ਪੈਸਾ, ਗੋਲਕਾਂ ਦਾ ਪੈਸਾ ਸਰਕਾਰੀ ਖਜ਼ਾਨਿਆਂ ਵਿੱਚ ਜਮ੍ਹਾਂ ਨਾ ਕਰਵਾਵੋ। ਆਓ ਬੈਠ ਕੇ ਫੈਸਲੇ ਕਰ ਲਈਏ, ਕਿਉਂ ਸਿੱਖੀ ਦੀ ਜੜ ਪੁੱਟਣ ਲੱਗੇ ਹੋਏ ਹੋ ਆਪਣੇ ਹੱਥੀ। ਆਓ ਅੱਜ ਬੈਠ ਕੇ ਭਾਈ ਮਨੀ ਸਿੰਘ ਦੀ ਸ਼ਹਾਦਤ ਵੱਲ ਖਿਆਲ ਕਰਿਓ, ਅੱਜ ਦੇ ਪੈਸੇ ਉਜਾੜਨ ਵਾਲਿਓ, ਭਾਈ ਮਨੀ ਸਿੰਘ ਤੇ ਤਰਸ ਕਰਿਓ, ਅੱਜ ਦੇ ਪੈਸੇ ਉਜਾੜਨ ਵਾਲਿਓ। ਮੈਂ ਬੇਨਤੀ ਕਰਨੀ ਚਾਹੁੰਦਾ, ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰਾਂਗਾ। ਉਹਨੇ 10,000 ਰੁਪਇਆ ਦੇਣਾ ਨਾ ਮੰਨਿਆ, ਕਹਿਣ ਲੱਗੇ ਮੈਂ 10,000 ਰੁਪਇਆ ਨਹੀਂ ਦਿਆਂਗਾ। ਦੂਜਾ ਸਵਾਲ ਇਹ ਖੜਾ ਹੋਇਆ ਉਹਨਾਂ ਦੇ ਸਾਹਮਣੇ, ਉਹਨਾਂ ਦੇ ਕਈ, ਜਿਵੇਂ ਉਹਨਾਂ ਦਾ ਇੱਕ ਬੇਟਾ ਭੂਪਤ ਸਿੰਘ ਪਰਿਵਾਰ ਵਿੱਚੋਂ ਹੈ, ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜਿਉਂਦੇ ਦੀਆਂ ਅੱਖਾਂ ਕੱਢ ਕੇ ਭਾਈ ਮਨੀ ਸਿੰਘ ਦੇ ਸਾਹਮਣੇ ਬਿਠਾਇਆ ਗਿਆ, ਪਰ ਉਹਨੇ ਸੀ ਤੱਕ ਨਹੀਂ ਕੀਤੀ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ, ਇੱਕ ਵਾਰੀ ਫਿਰ ਗੱਲ ਦੁਹਰਾ ਦਿਆਂ, ਕੇਵਲ ਭਾਈ ਮਨੀ ਸਿੰਘ ਦਾ ਬੰਦ ਨਹੀਂ ਕੱਠਿਆ ਗਿਆ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਨਾ। ਮੈਂ ਤੇ ਹੈਰਾਨ ਹੈ, ਤੇਰੇ ਦਸ ਪੁੱਤ ਤੂੰ ਕਿਵੇਂ ਆਪਣੇ ਕੰਨਾਂ ਨਾਲ ਸੁਣਦਾ ਰਿਹਾ, ਜਦੋਂ ਤੈਨੂੰ ਇੱਕ ਵਾਰੀ ਮਿਲਿਆ ਹੋਏਗਾ ਸੁਨੇਹਾ, ਤੇਰਾ ਇੱਕ ਪੁੱਤ ਸ਼ਹੀਦ ਹੋ ਗਿਆ, ਪਤਾ ਨਹੀਂ ਤੇਰੇ ਕਿਹੋ ਜਿਹੇ ਕੰਨ ਨੇ, ਤੂੰ ਸ਼ੁਕਰ ਮਨਾਇਆ, ਤੇਰਾ ਦੂਜਾ ਪੁੱਤ ਸ਼ਹੀਦ ਹੋਇਆ, ਤੇਰਾ ਤੀਜਾ ਪੁੱਤ ਸ਼ਹੀਦ ਹੋਇਆ, ਤੇਰਾ ਚੌਥਾ ਪੁੱਤ ਸ਼ਹੀਦ ਹੋਇਆ, 10 ਪੁੱਤ ਨੇ, ਤੇਰੇ 10 ਦੇ 10 ਹੀ ਸ਼ਹੀਦ ਹੋ, ਤੇਰੇ ਕੰਨ ਕਾਹਦੇ ਬਣੇ ਹੋਏ ਨੇ, ਜਿਹਨੇ ਆਪਣੇ 10 ਪੁੱਤਰਾਂ ਦੀ ਮੌਤ ਆਪਣੀ ਜ਼ਿੰਦਗੀ 'ਚ ਸੁਣ ਲਈ, ਮੇਰੇ 10 ਦੇ 10 ਪੁੱਤਰ ਗੁਰੂ ਦੇ ਲੈ ਕੇ ਲੱਗ ਗਏ, ਭਾਈ ਮਨੀ ਸਿੰਘ ਦੇ ਜਿਉਂਦਿਆਂ ਜੀ ਉਹਦੇ ਪੁੱਤ ਸ਼ਹੀਦ ਹੋ ਚੁੱਕੇ ਨੇ। ਯਾਦ ਰੱਖਣ ਯੋਗ ਬਾਤ ਹੈ, ਕਿਹੋ ਜਿਹਾ ਗੁਰੂ ਕੇ ਸਿੱਖ ਹੋਵੇਗਾ ਉਹ, ਜਿਹਦੇ ਕੰਨ ਇਹੋ ਜਿਹੇ ਹੋਣਗੇ, ਜਿਹੜਾ ਆਪਣੇ ਭਰਾਵਾਂ ਦੇ ਵਿੱਚੋਂ ਆਪਣੇ ਵਾਰ ਵਾਰ ਪਰਿਵਾਰ ਦੇ 53 ਸ਼ਹੀਦ ਨੇ, ਕਿਵੇਂ ਕੰਨਾਂ ਨਾਲ ਗੱਲ ਸੁਣਦਾ ਰਿਹਾ ਹੋਵੇਗਾ ਵੀ ਮੇਰਾ ਆਹ ਵੀ ਸ਼ਹੀਦ ਹੋ ਗਿਆ, ਗੁਰੂ ਨੂੰ ਛੱਡ ਕੇ ਨਹੀਂ ਗਿਆ। ਅੱਜ ਆਪਾਂ ਧੰਨ ਹੈ ਜੇ ਗੁਰੂ ਕੋਲੋਂ ਇੱਕ ਚੀਜ਼ ਨਾ ਮਿਲੇ, ਦੇਹਧਾਰੀਆਂ ਦੇ ਡੇਰਿਆਂ ਤੇ ਭਟਕਣ ਲੱਗ ਪੈਂਦੇ ਹਾਂ, ਇੱਕ ਚੀਜ਼ ਨਾ ਮਿਲੇ। ਵੈਸੇ ਤਾਂ ਉਹਨਾਂ ਦਾ ਪ੍ਰਚਾਰ ਹੀ ਬਹੁਤ ਹੈ, ਸਿੱਖੀ ਦਾ ਪ੍ਰਚਾਰ ਤਾਂ ਕਰਦਾ ਹੀ ਕੌਣ ਹੈ, ਸਿੱਖੀ ਦਾ ਪ੍ਰਚਾਰ ਤਾਂ ਕੌਣ ਕਰਦਾ, ਉਹਨਾਂ ਦਾ ਪ੍ਰਚਾਰ ਵੈਸੇ ਹੀ ਬਥੇਰਾ। ਮੈਂ ਬੇਨਤੀ ਕਰਾਂ, ਅੱਜ ਕੌਣ ਹੈ ਗੁਰੂ ਕਾ ਸਿੱਖ ਜਿਹੜਾ ਆਪਣੇ ਆਪੇ ਦੀ ਇਵੇਂ ਗੁਰੂ ਦੇ ਚਰਨਾਂ ਨਾਲ ਸਨੇਹ ਕਰੇ। ਅੱਜ ਤੇ ਅਸੀਂ ਇੱਕ ਚੀਜ਼ ਨਾ ਮਿਲੇ ਗੁਰੂ ਨੂੰ ਛੱਡ ਕੇ ਚਲੇ ਜਾਂਦੇ ਹਾਂ। ਭਾਈ ਮਨੀ ਸਿੰਘਾ, ਤੇਰੀ ਜ਼ਿੰਦਗੀ ਧੰਨ ਹੈ, ਇੰਨੇ ਪੁੱਤ ਵਾਰ ਕੇ ਵੀ ਗੁਰੂ ਦੇ ਨਾਲ ਜੁੜਿਆ ਹੋਇਆ, ਅੱਜ ਉਹ ਲਾਹੌਰ ਦੇ ਕੈਦ ਖਾਨੇ ਵਿੱਚ ਕੈਦ ਹੈ। ਜ਼ਾਲਮ ਨੇ ਆਖਿਰਕਾਰ ਆਪਣੇ ਵੱਲੋਂ ਵਚਨ ਕੀਤਾ, ਹੁਕਮ ਹੋਇਆ ਭਾਈ ਮਨੀ ਸਿੰਘ ਦਾ ਬੰਦ ਕੱਟ ਦਿਓ। ਕਹਿਣ ਲੱਗੇ ਠੀਕ ਹੈ, ਬੰਦ ਕੱਟ ਦਿਓ। ਗੱਲ ਪ੍ਰਵਾਨ ਕਰ ਲਈ। ਹੁਣ ਇੱਥੇ ਥੋੜ੍ਹਾ ਜਿਹਾ ਰੁਕਣ ਦੀ ਲੋੜ ਹੈ। ਇਹ ਪ੍ਰਾਪਤੀ ਐਵੇਂ ਨਹੀਂ ਹੁੰਦੀ ਪਿਆਰ ਵਾਲਿਓ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਖੀ ਨੇ ਬੜੇ ਇਗਜ਼ਾਮ ਦਿੱਤੇ ਨੇ, ਸਿੱਖੀ ਨੇ ਬੜੀ ਪ੍ਰੀਖਿਆ ਦਿੱਤੀ ਹੈ। ਅੱਜ ਸਾਡੇ ਵਰਗੇ ਲੋਕਾਂ ਦੇ ਆਸਰੇ ਨਹੀਂ ਸਿੱਖੀ ਖਲੋਤੀ, ਜਾਂ ਜਿਹੜੇ ਅੱਜ ਲੰਮੇ ਚੋਲੇ ਪਾਈ ਫਿਰਦੇ ਨੇ ਮੇਰੇ ਵਰਗੇ, ਉਹਨਾਂ ਦੇ ਆਸਰੇ ਸਿੱਖੀ ਨਹੀਂ ਜੇ ਖਲੋਤੀ, ਉਹਨਾਂ ਦੇ ਆਸਰੇ ਸਿੱਖੀ ਨਹੀਂ ਜੇ ਖਲੋਤੀ। ਸਿੱਖੀ ਤਾਂ ਉਹਨਾਂ ਦੇ ਆਸਰੇ ਖਲੋਤੀ ਜਿਹਨਾਂ ਨੇ ਇਵੇਂ ਜੀਵਨ ਬਾਰੇ ਹੋਏ ਨੇ, ਜ਼ਿੰਦਗੀਆਂ ਬਾਰੀਆਂ ਹੋਈਆਂ ਨੇ, ਪਰਿਵਾਰ ਦੇ ਪਰਿਵਾਰ ਬਾਰੇ ਹੋਏ ਨੇ, ਸਾਰੇ ਦੇ ਸਾਰੇ ਆਪਾਂ ਬਾਰਿਆ ਹੋਇਆ। ਮੈਂ ਨੇੜੇ ਕਰਾਂ ਗੱਲ ਨੂੰ, ਸਮਾਂ ਨੇੜੇ ਹੋ ਗਿਆ। ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਅੱਜ ਗੁਰੂ ਦੇ ਚਰਨਾਂ ਵਿੱਚ ਰੱਬੀ ਬਾਣੀ ਪੜ੍ਹਨ ਵਾਲੇ ਨੂੰ ਇੱਕ ਬਚਨ ਆਖਿਆ ਜਲਾਦ ਨੇ, ਜਦੋਂ ਹੁਕਮ ਹੋਇਆ ਤੇਰਾ ਬੰਦ ਕੱਟਣਾ, ਉਦੋਂ ਉਸ ਵੇਲੇ ਬਚਨ ਹੋਇਆ ਭਾਈ ਮਨੀ ਸਿੰਘ ਹੋਰਾਂ ਨੂੰ, ਅੱਜ ਉਹ ਸਾਹਮਣੇ ਬੈਠਾ ਹੈ ਲਾਹੌਰ ਦੇ ਵਿੱਚ। ਕਿਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਆਖਿਆ ਸੀ ਲਾਹੌਰ ਦੇ ਬਾਰੇ ਵਿੱਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ, ਉਹਦਾ ਅਰਥ ਹੈ, ਇਹ ਸਲੋਕ ਹੈ 12 ਤੇ ਵਧੀਕ ਵਿੱਚ, ਇਹਦਾ ਅਰਥ ਹੈ ਲਾਹੌਰ ਸ਼ਹਿਰ
ਜਿਹੜਾ ਲਾਹੌਰ ਸ਼ਹਿਰ ਹੈ ਨਾ, ਉਸ ਵੇਲੇ ਪੰਜਾਬ 'ਚ ਹੁੰਦਾ ਸੀ, ਅੱਜ ਪਾਕਿਸਤਾਨ 'ਚ ਹੈ, ਉਸ ਵੇਲੇ ਹਿੰਦੁਸਤਾਨ ਦਾ ਹਿੱਸਾ ਸੀ ਲਾਹੌਰ ਸ਼ਹਿਰ। ਜ਼ਹਿਰ ਕਹਿਰ, ਜ਼ਹਿਰ ਕਹਿਰ, ਉੱਥੇ ਜ਼ਹਿਰ ਵਰਤਦੀ ਤੇ ਕਹਿਰ ਹੁੰਦਾ, ਨਿੱਤ ਦਿਹਾੜੇ ਪਸ਼ੂਆਂ ਨੂੰ ਮਾਰਿਆ ਜਾਂਦਾ, ਉੱਥੇ ਨਿੱਤ ਦਿਹਾੜੇ ਕਹਿਰ ਵਰਤਦਾ। ਮੈਂ ਹੈਰਾਨ ਹੁੰਦਾ, ਜਿਹੜੇ ਗੁਰੂ ਨੇ ਉੱਥੇ ਆਪਣੀ ਅੱਖ ਨਾਲ ਪਸ਼ੂਆਂ ਨੂੰ ਮਰਦਿਆਂ ਦੇਖ ਕੇ ਜ਼ਹਿਰ ਕਹਿਰ ਕਹਿ ਦਿੱਤਾ, ਲੇਕਿਨ ਧੰਨ ਹੈ ਉਹੀਓ ਗੁਰੂ, ਉਸੇ ਲਾਹੌਰ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਉਸੇ ਲਾਹੌਰ ਦੇ ਵਿੱਚ ਗੁਰੂ ਕੀਆਂ ਸਿੱਖਣੀਆਂ ਨੇ ਆਪਣੇ ਗੜ ਵਿੱਚ ਆਪਣੇ ਬੱਚਿਆਂ ਦੇ ਟੋਟਿਆਂ ਦੇ ਗੜ ਵਿੱਚ ਹਾਰ ਪਵਾ ਲਏ, ਲੇਕਿਨ ਉਸੇ ਲਾਹੌਰ ਨੇ ਇੰਨਾ ਕਹਿਰ ਕੀਤਾ। ਗੁਰੂ ਨੇ ਮੁੜ ਕੇ ਨਹੀਂ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ, ਕਹਿਣ ਲੱਗੇ ਨਹੀਂ, ਇਹ ਲਾਹੌਰ ਸ਼ਹਿਰ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਬਣਾ ਦੇਣਾ, ਉਦੋਂ ਘਰ ਬਣਾ ਦੇਣਾ ਜਦੋਂ ਇਹ ਲਾਹੌਰ ਦੇ ਵਿੱਚ ਪਸ਼ੂਆਂ ਦਾ ਖੂਨ ਨਹੀਂ ਡੁੱਲੇਗਾ, ਇੱਥੇ ਗੁਰੂ ਕੇ ਸਿੱਖਾਂ ਦਾ ਪਵਿੱਤਰ ਖੂਨ ਡੁੱਲੇਗਾ, ਲਾਹੌਰ ਸ਼ਹਿਰ ਨੂੰ ਪਵਿੱਤਰ ਬਣਾ ਦੇਣਾ। ਲਾਹੌਰ ਸ਼ਹਿਰ ਨਾਲ ਬੜੀਆਂ ਯਾਦਾਂ ਨੇ ਸਿੱਖੀ ਦੀਆਂ, ਮੈਂ ਉਸ ਪਾਸੇ ਨਹੀਂ ਜਾਣਾ, ਬੜਾ ਇਹ ਲਾਹੌਰ ਦੇ ਨਾਲ ਸਾਡੇ ਜੀਵਨ ਦੀ ਸੰਬੰਧਿਤ ਦਾਤ ਹੈ, ਪਰ ਮੈਂ ਬੇਨਤੀ ਕਰਨਾ ਚਾਹੁੰਦਾ, ਇਸੇ ਹੀ ਲਾਹੌਰ ਦੇ ਵਿੱਚ ਅੱਜ ਭਾਈ ਮਨੀ ਸਿੰਘ ਨੂੰ ਇੱਕ ਬਚਨ ਕੀਤਾ, ਇਹਦਾ ਬੰਦ ਬੰਦ ਕੱਟਿਆ ਜਾਣਾ। ਕਹਿਣ ਲੱਗੇ ਠੀਕ ਹੈ, ਬੰਦ ਬੰਦ ਕਟਵਾਉਣ ਲਈ ਗੁਰੂ ਕਾ ਸਿੱਖ ਹਾਜ਼ਰ ਹੋ ਗਿਆ, ਬੈਠਾ। ਜਲਾਦ ਨੇ ਆਪਣੇ ਵੱਲੋਂ ਅੱਖਾਂ ਮਿਟੀਆਂ ਹੋਈਆਂ ਨੇ, ਗੁਰੂ ਕੇ ਸਿੱਖ ਨੇ ਅੱਖਾਂ ਮਿਟੀਆਂ ਹੋਈਆਂ ਨੇ। ਜਲਾਦ ਨੇ ਪਹਿਲਾ ਗੰਡਾਸਾ, ਇਤਿਹਾਸ ਵਿੱਚ ਇਹ ਗੱਲ ਬੜੀ ਵਿਦਤ ਹੈ, ਬੜੀ ਪ੍ਰਸਿੱਧ ਹੈ ਗੱਲ, ਆਮ ਕਰਕੇ ਮੌਤ ਤੋਂ ਲੋਕ ਡਰ ਜਾਂਦੇ ਨੇ, ਅੱਜ ਇਹਦੇ ਗੰਡਾਸਾ ਗੁੱਟ ਦੇ ਉੱਤੇ ਰੱਖਿਆ ਜਲਾਦ ਨੇ, ਵੇਖਿਆ ਇਹਦਾ ਕਿਵੇਂ ਬੰਦ ਬੰਦ ਕੱਟਿਆ ਜਾਏਗਾ। ਭਾਈ ਮਨੀ ਸਿੰਘ ਦੀ ਉਸ ਵੇਲੇ ਉਮਰ 90 ਸਾਲ ਹੈ, ਯਾਦ ਰੱਖਣ ਯੋਗ ਬਾਤ ਹੈ, ਭਾਈ ਮਨੀ ਸਿੰਘ ਦੀ ਉਸ ਵੇਲੇ ਉਮਰ 90 ਸਾਲ ਦੀ ਹੈ। 90 ਸਾਲਾਂ ਦੀ ਟੋਟਲੀ ਉਮਰ ਵਿੱਚੋਂ 77 ਸਾਲ 77 ਸਾਲ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨੇ, 77 ਸਾਲ ਗੁਰੂ ਦੀ ਗੋਦ ਵਿੱਚ ਜੀਵਿਆ ਗੁਰੂ ਕਾ ਪਿਆਰਾ, ਜਿਹੜੀ ਬਾਕੀ ਜ਼ਿੰਦਗੀ ਗੁਰੂ ਤੋਂ ਗੋਦ ਤੋਂ ਲਾਮੇ ਵੀ ਜ਼ਿੰਦਗੀ ਗੁਜ਼ਾਰੀ ਉਹਨੇ, ਉਹ ਵੀ ਗੁਰੂ ਦੇ ਭਾਣੇ ਵਿੱਚ ਹੀ ਗੁਜ਼ਾਰੀ ਹੈ, ਗੱਲ ਵੱਖਰੀ ਹੈ। 77 ਸਾਲ ਗੁਰੂ ਚਰਨਾਂ ਵਿੱਚ ਰਿਹਾ, ਅੱਜ 90 ਸਾਲ ਦਾ ਇੱਕ ਬਜ਼ੁਰਗ ਬੰਦ ਬੰਦ ਆਪਣੀ ਕੌਮ ਆਪਣੀ ਕੌਮ ਲਈ ਕਟਵਾਉਣ ਲਈ ਬੈਠਾ, ਉਹਦੇ ਜਲਾਦ ਨੇ ਤਰਸ ਕੀਤਾ ਉਹਦੀ ਬਜ਼ੁਰਗੀ ਉਮਰ ਦੇ ਉੱਤੇ, ਇੰਨੀ ਵਾਰੀ ਮੌਤ ਦਾ ਸੁਨੇਹਾ ਸੁਣਨ ਵਾਲੇ ਆ, ਮੈਨੂੰ ਤੇਰੇ ਤੇ ਤਰਸ ਆਉਂਦਾ, ਪਹਿਲਾ ਗੰਡਾਸਾ ਗੁੱਟ ਉੱਤੇ ਰੱਖਿਆ, ਜਦੋਂ ਹਜੇ ਗੰਡਾਸਾ ਛੂਹਿਆ, ਹਜੇ ਲਾਇਆ ਨੀ ਗੰਡਾਸਾ, ਵੱਢਿਆ ਨੀ ਹਜੇ, ਹਜੇ ਟੱਕ ਵੱਜਿਆ ਨੀ, ਹਜੇ ਕੇਵਲ ਛੂਹਿਆ। ਭਾਈ ਮਨੀ ਸਿੰਘ ਨੇ ਅੱਖਾਂ ਖੋਲ ਲਈਆਂ, ਕਹਿੰਦੇ ਸੱਜਣਾ ਕੀ ਕਰਨ ਲੱਗਾ, ਸੱਜਣਾ ਕੀ ਕਰਨ ਲੱਗਾ। ਕਹਿਣ ਲੱਗੇ ਤੇਰਾ ਬੰਦ ਬੰਦ ਕੱਟਣ ਦਾ ਹੁਕਮ ਹੈ, ਪਰ ਮੈਨੂੰ ਤੇਰੇ ਤੇ ਤਰਸ ਆ ਗਿਆ, ਮੈਨੂੰ ਤੇਰੇ ਤੇ ਤਰਸ ਆ ਗਿਆ। ਉਹ ਸੱਜਣਾ ਤੇਰਾ ਕਦੋਂ ਇੱਕ ਇੱਕ ਬੰਦ, ਬੰਦ ਕਹਿੰਦੇ ਨੇ ਅੱਜ ਦੀ ਭਾਸ਼ਾ ਵਿੱਚ, ਮੈਂ ਕਹਿੰਦੇ ਹਾਂ ਜੋੜ, ਇੱਕ ਇੱਕ ਜੋੜ ਤੋਂ ਕੱਟਣਾ, ਇੱਕ ਇੱਕ ਜੁਆਇੰਟ ਤੋਂ ਵੱਖਰਾ ਵੱਖਰਾ ਕਰਨਾ। ਹੁਣ ਉਂਗਲੀ ਵਿੱਚ ਹੀ 3 ਜੁਆਇੰਟ ਹੁੰਦੇ ਨੇ, 3 ਜੋੜ ਨੇ, ਇੱਕ ਇੱਕ ਤੇਰਾ ਬੰਦ ਬੰਦ, ਇੱਕ ਇੱਕ ਤੇਰਾ ਜੋੜ ਜੋੜ ਤੇ ਟੱਕ ਮਾਰ ਮਾਰ ਕੇ ਮੈਂ ਵੱਖਰਾ ਕਰਨਾ, ਮੈਨੂੰ ਹੁਕਮ ਇਹ ਹੋਇਆ, ਤੇ ਇੰਨਾ ਤੇਰੇ ਕੋਲੋਂ ਸਹਾਰਿਆ ਨਹੀਂ ਜਾਣਾ। ਭਾਈ ਮਨੀ ਸਿੰਘਾ, ਮੇਰਾ ਜੀ ਕੀਤਾ ਤੇਰੇ ਕੋਲੋਂ ਪਹਿਲਾਂ ਗੁੱਟ ਤੇ ਮੈਂ ਗੰਡਾਸਾ ਰੱਖ ਕੇ ਇੱਕ ਵਾਰੀ ਵੱਢ ਦਿਆਂ ਤੈਨੂੰ, ਤੇ ਤੇਰੀ ਜ਼ਿੰਦਗੀ ਸੁਹੇਲੀ ਹੋ ਜਾਏ। ਭਾਈ ਮਨੀ ਸਿੰਘ ਹੋਰਾਂ ਨੇ ਬਚਨ ਆਖੇ, ਉਹ ਕਹਿੰਦੇ ਸੱਜਣਾ ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣ, ਮੈਨੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਨਣ ਦੇ। ਜਲਾਦ ਨੇ ਰੁੱਕ ਗਿਆ, ਅਸਚਰਜ ਹੋ ਗਿਆ, ਅੰਦਰ ਤੱਕ ਕੰਬ ਗਿਆ। ਉਹ ਕਹਿੰਦਾ ਤੈਨੂੰ ਬੰਦ ਬੰਦ ਕਟਵਾਉਣ ਵਿੱਚ ਵੀ ਆਨੰਦ ਹੈ, ਕਮਾਲ ਹੈ, ਤੂੰ ਮੈਨੂੰ ਕਹਿੰਦਾ ਤੂੰ ਮੇਰਾ ਬੰਦ ਬੰਦ ਕੱਟ, ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣ, ਤੇ ਮੈਨੂੰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਆਨੰਦ ਮਾਣ, ਤੇ ਤੈਨੂੰ ਬੰਦ ਬੰਦ ਕਟਵਾਉਣ ਵਿੱਚ ਵੀ ਆਨੰਦ ਹੈ। ਭਾਈ ਮਨੀ ਸਿੰਘ ਉਹ ਆਖਿਆ, ਕਹਿੰਦੇ ਨਹੀਂ ਭਲਿਆ, ਜੇ ਕਿਤੇ ਤੂੰ ਮੇਰੇ ਗੁਰੂ ਦੇ ਦੀਦਾਰ ਕਰੇ ਤੇ ਗੁਰੂ ਦੇ ਦਰਸ਼ਨ ਕਰੇ, ਤੈਨੂੰ ਪਤਾ ਲੱਗੇਗਾ ਆਨੰਦ ਕੀ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੀ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ। ਇਹ ਹੈ ਆਨੰਦ, ਜਿਹੜਾ ਸਿਰ ਦੁਖੇ ਤੋਂ ਆਨੰਦ ਖਤਮ ਹੋ ਜਾਏ ਉਹ ਆਨੰਦ ਨਹੀਂ, ਜਿਹੜਾ ਪੁੱਤ ਦਾ ਵਿਛੋੜਾ ਪੈ ਜਾਏ ਆਨੰਦ ਖਤਮ ਹੋ ਜਾਏ ਉਹ ਆਨੰਦ ਨਹੀਂ, ਇਹ ਉਹ ਆਨੰਦ ਹੈ ਭਾਈ ਮਨੀ ਸਿੰਘ ਦਾ, ਜਿਹੜਾ ਬੰਦ ਬੰਦ ਕਟਵਾਉਣ ਲੱਗਿਆਂ ਵੀ ਆਨੰਦ 'ਚ ਬੈਠਾ, ਆਨੰਦ 'ਚ ਬੈਠਾ। ਜਲਾਦ ਨੇ ਬਚਨ ਆਖੇ, ਮੈਨੂੰ ਤਰਸ ਆਇਆ ਤੇਰੇ 'ਤੇ,
मैं तेरा बंद बंद ना कट्टा। कहने नहीं, तू अपने मालिक की आग्ञा विच रह, मैनू अपने मालिक की आग्ञा विच रह के बंद बंद कटवाउण दे, मेरा बंद बंद कट। एक गल हुण जलाल फिर पुछदा, बहुत ध्यान देण योग बात है, यह रतन सिंह भंगू ने जिक्र किया इस गल। जलाल एक गल पुछदा, भाई मनी सिंह तू मैनू यह दस, तू अपने मुरशद की, तू अपने गुरु की कदे बाणी पढ़ी है? एडा तू लाडला सिख लगदा है, तू कदे बाणी पढ़ी है? भाई मनी सिंह होर ने हाथ जोड़े कहन लगे, सजना मेरे सतगुरु ने एडी रहमत बख्शी है इस काया दे उत्ते, इन्हां अखां ने गुरु की बाणी का अखर अखर देखिया होया है, इन्हां अखां ने गुरु की बाणी का अखर अखर देखिया होया है, इन्हां हत्थां ने जिदा तू बल बल कट्टण लगे है, इन्ने पवित्र ताही ने कौम दे लेके तारी लगन लगे ने, यह जेड़े हत्थां ने तू कट्टण लगे है ना, इन्हां हत्थां ने एक एक अखर लिखिया होया गुरु की बाणी का। आ जड़ी जुबान है ना मेरी, इन्हें एक एक अखर गुरु की बाणी का बोलिया होया। तू कहने बाणी पढ़ी है, मैनू सतगुरु ने समुची बाणी जड़ी रबी बाणी दे बचन ने सारे लिखण का मौका दिता है, सारी बाणी नू दर्शन करन दा मौका दिता है, सारी बाणी की कथा सुनन दा मौका मिलिया, सारी बाणी नू पढ़न दा मौका मिलिया, सारी बाणी नू लिखण दा मौका मिलिया। तू कहड़ी गल पुछना चाहना सजना? उन्हें बचन आखे, कहिंदे जे तू अपने गुरु की एडी बाणी पढ़ी है, तू मैनू यह दस, तेरा गुरु तो यह कहना भी मनुखा जामा 84 लाख जून तो बाद बड़ा औखा मिलता है, तेरे गुरु के बचन तो यह ने। भाई मनी सिंह और जो जवाब दिता सी ना, बहुत ध्यान देने योग बात है, रतन सिंह भंगू के शब्द ने यह। उन्हें बचन आख्या, कहन लगे सजना यह तो तू पढ़ लिया, यह तो तू सुन लिया होएगा किसी को, भाई इन्ने औखे समय तो बाद मनुखा देही मिलती है, पर तू कित भी पढ़िया भाई उस मनुखा देही जी 84 लाख तो बाद मिलेगी, मान लो तो उस तो बाद भी जी मनुखा देही मिलेगी वह तो सिखी भी मिल जाएगी, ये तो कितने पढ़िया? वो कमलिया देही की दी है, मेरी सिखी साबित रह जाए, देही की दी है, मैनू देही की परवाह नहीं, मैं देही तो 84 लाख बाद जे तू कहना फिर मिल जाएगी, पर सजना दोबारे सिखी नहीं मिलनी, मेरी इस काया दे बंद बंद कट दे, पर मेरी सिखी का बंद बंद ना हो दमी तू मेरी काया का बंद बंद कट दे, मेरी सिखी का बंद बंद ना हो दमी, मेरी सिखी के टोटे ना हो दमी, मेरे बंद बंद कट दे। अज भाई मनी सिंह होर बचन आखे, रतन सिंह भंगू के शब्द ने, मैं कहन लगा सां देही किसकी वापरी सिखी जे साबित होए, देही कि बेचारी है जे सिखी बज जाए, देही किसकी वापरी सिखी जे साबित होए, देही तो अब अनजान है सिखी लब है कब कोए, ओ देही ता उनी जानी कदे ना कदे फिर मिल जाएगी, पर जेड़ी सिखी है सिखी लब है कब कोए, सिखी ता बड़ी औखी मिलदी, सिखी ते गुरु त्रुट जाए सिखी मिलदी, सिखी किथे मिलदी है सिखा। अज उन्हें बचन आखे, कहन लगे कट दे मेरा बंद बंद, जालम ने फिर गंडासा पकड़िया, फिर लगे मारन गंडासा बंद उत्ते, मनी सिंह ने फिर दोबारे बचन आखे ने, कहिंदे सजना मेरा बंद बंद जुदा जुदा कर दियो, मेरी कौम कट्ठी हो जाए, मेरा बंद बंद जुदा जुदा कर दे पर मेरी कौम कट्ठी हो जाए, अपनिया चौधरां दी खातर अज जथे बना के कौम नू बेचण वाले, मैं उन्हां वीरां नू बेनती करना चाहुंदा, अज भाई मनी सिंह दे बंद बंद कट्टे उत्ते तरस करो, जे तुहानू अपने आप ते तरस नहीं आउंदा, भाई मनी सिंह दे कट्टे हुए बंद बंद ते तरस करो, ए कौम नू कट्ठी कर लईए, तुसी उजड़े जा रहे हो, उजड़े जा रहे हो। उस गुरु के सिख ने आखिरकार लाहौर की धरती दे उत्ते अपना बंद बंद कटवा के अपना आपा गुरु दे अगे वार दिता। यह गल्लां कहणियां तां बड़ियां सौखियां ने, मैं कह भी बड़ा सौखा दिना, एक निक्का जिहा चीर लग जाए ना इत्थे, फिर देखना किवें जिंद निकलदी है, ते जिहदा बंद बंद कटिया होएगा उन्हें एक बंद कट के वखरा कीता होएगा, उन्हें दूजा बंद कट के वखरा कीता होएगा। धन है गुरु का सिख जी दे जबानों एक गल सुनन लई कन तरस दे रहे, कदे हाए कवेगा, उन्हें जदों भी जबानों किया उन्हें वाहिगुरु ही किया, उन्हें जदों भी जबानों किया उन्हें रबी बाणी पढ़ी, उन्हें जदों भी किया उन्हें जबान तो शुक्र ही किया, रब दा उलामा कोई नहीं दिता। आओ प्यार वाले, यहो जे महान सिखां दे जीवन तो जाणू होइए,
ਅੱਜ ਮਾਵਾਂ ਨੂੰ ਬੇਨਤੀ ਕਰਨਾ, ਅੱਜ ਵੀਰਾਂ ਨੂੰ ਬੇਨਤੀ ਕਰਨਾ, ਸੁਣਾਓ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ ਦੀਆਂ ਗਾਥਾਵਾਂ। ਅੱਜ ਦੀਆਂ ਤੇ ਸਾਰੇ ਸੁਣਾਈ ਜਾਂਦੇ ਨੇ, ਸੁਣਾਓ ਆਪਣੇ ਬੱਚਿਆਂ ਨੂੰ ਭਾਈ ਮਨੀ ਸਿੰਘ ਦੀਆਂ ਗਾਥਾਵਾਂ, ਤਾਂ ਕਿ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਭਾਈ ਮਨੀ ਸਿੰਘ ਦੇ ਚਰਨਾਂ ਦੀ ਧੂੜੀ ਬਣ ਜਾਣ, ਤਾਂ ਵੀ ਸੋਚਾਂਗੇ ਸਿੱਖੀ ਦਾ ਬੂਟਾ ਸਦਾ ਲਹਿਰਾਏਗਾ। ਜੇ ਭਾਈ ਮਨੀ ਸਿੰਘ ਵਰਗਿਆਂ ਦੀ ਚਰਨਾਂ ਦੀ ਧੂੜ ਬਣ ਜਾਈਏ, ਤਾਂ ਫਿਰ ਕੋਈ ਦਿਨ ਉਹ ਦਿਨ ਦੂਰ ਨਹੀਂ, ਸਿੱਖੀ ਦਾ ਬੂਟਾ ਸਦਾ ਹੀ ਲਹਿਰਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਆਉਣ ਵਾਲੇ ਦਿਨਾਂ 'ਚ ਹਰ ਰੋਜ਼ ਕਿਸੇ ਨਵੇਂ ਸਿੱਖ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰਿਆ ਕਰਨਾ। ਜਿਤਨੇ ਦਿਨ ਹੈਗੇ ਨੇ, ਤੁਸੀਂ ਕਿਰਪਾ ਕਰਿਓ ਜੇ ਹਰ ਰੋਜ਼ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਤਾਂ ਕਿ ਆਪਾਂ ਇਸ ਵਿਰਸੇ ਨੂੰ ਵਿਚਾਰ ਸਕੀਏ। ਭੁੱਲਾਂ ਚੁੱਕਾਂ ਦੀ ਫਿਰ ਦੁਬਾਰੇ ਖਿਮਾ ਮੰਗਦੇ ਅਰਦਾਸ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ।